ਫੋਟੋ ਪਾ ਦਿੱਤੀ ਅਤੇ ਸਾਨੂੰ ਨਜ਼ਰ ਲੱਗ ਜਾਣੀ ਆ ਜੇ ਆਪਣੇ ਕੁਛ ਆਪਾਂ ਰਨਿੰਗ ਦੀ ਕਰ ਲਿਆ ਤਾਂ ਨਜ਼ਰ ਲੱਗ ਜਾਣੀ ਆ ਵੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਵੀ ਮੇਰੇ ਨਾਲ ਹੀ 2019 'ਚ ਮਿਲਿਆ ਇੱਕੋ ਪੋਡੀਅਮ 'ਤੇ ਦੋਵਾਂ ਨੂੰ ਬਾਕੀ ਤਾਂ ਚਲੋ ਚਾਈਨੀਜ਼ ਜਿਹੜੇ ਉਹ ਛੋਟੇ ਹੁੰਦੇ ਹਾਈਟ 'ਚ ਜ਼ਿਆਦਾ ਨਹੀਂ ਸੀ ਪਰ ਜਦੋਂ ਮੈਂ 6.5-6 ਫੁੱਟ ਦੇ ਬੰਦੇ ਦੇਖੇ ਮੈਨੂੰ ਲੱਗਾ ਸਾਡੇ ਐਪਸ 'ਤੇ ਲੱਗੇ ਇੰਨੇ ਇੰਨੇ ਉਹਨਾਂ ਦੇ ਭਾਈ ਆਪਾਂ ਸਾਰਿਆਂ ਨਾਲੋਂ ਅੱਗੇ ਹਾਂ ਸਿਰਫ ਸਾਨੂੰ ਫੈਸਿਲਿਟੀਜ਼ ਨਹੀਂ ਮਿਲਦੀਆਂ ਐਜ਼ ਏ ਸਪੋਰਟਸਮੈਨ ਵੀ ਹੈ ਨਹੀਂ ਕੋਈ ਅਤੇ ਉੱਦਾਂ ਵੀ ਉਹਦੇ ਵਰਗਾ ਨੇਚਰ ਹੈ ਨਹੀਂ ਕਿਸੇ ਦਾ ਜਮਾਂ ਡਾਊਨ ਟੂ ਅਰਥ ਘਰ ਦਾ ਮਾਹੌਲ ਇੱਦਾਂ ਹੀ ਵੀ ਜਿੰਨਾ ਤੱਕ ਮੈਡਲ ਨਹੀਂ ਆਇਆ ਉਹ ਸਾਨੂੰ ਮੈਨੂੰ ਲੱਗਦਾ ਹੁਣ ਲੱਗਦਾ ਹੁਣ ਇਹਨੇ ਕੁਛ ਕੀਤਾ ਹੀ ਨਹੀਂ ਸਿੱਧੀ ਗੱਲ ਹੈ ਪੀਕ 'ਤੇ ਹੁੰਦਾ ਤਾਂ ਮੈਨੂੰ ਲੱਗਦਾ ਮੈਂ ਪਰੌਂਠੇ ਦੇ ਸਾਲ ਨਹੀਂ ਖਾਧੇ ਹੋਣੇ ਅਤੇ ਨਾਲ ਹੀ ਬੰਦਾ ਫੈਮਿਲੀ ਚੇਂਜ ਹੋ ਜਾਂਦੀ 46 ਵਾਲੀ ਫੈਮਿਲੀ ਅਤੇ 47 ਵਾਲੀ ਫੈਮਿਲੀ ਇੰਪਲੀਮੈਂਟ ਦਾ ਕੀ ਹਿਸਾਬ ਆ ਕਈਆਂ ਦੇ ਵਿੱਚ ਸਟੀਰੋਇਡਸ ਦੀ ਆ ਜਾਂਦੀ ਰੇਸ਼ੋ ਆ ਜਾਂਦੀ ਆ ਉਹ ਫਿਰ ਆਪਾਂ ਫੜੇ ਜਾਂਦੇ ਨਾਡਾ ਜਾਂ ਵੱਡ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਆਪਾਂ ਸਭ ਚੜ੍ਹਦੀ ਕਲਾ 'ਚ ਹੋਵਾਂਗੇ ਦੋਸਤੋ ਅੱਜ ਐਪੀਸੋਡ 3 ਸ਼ੂਟ ਕਰਨ ਲੱਗੇ ਹੈਗੇ ਹਾਂ ਅਤੇ ਇਹ ਮੇਰਾ ਬਹੁਤ ਹੀ ਫੇਵਰੇਟ ਟੋਪਿਕ ਆ ਅੱਜ ਜਿਨ੍ਹਾਂ ਨਾਲ ਮੈਂ ਪੋਡਕਾਸਟ ਰਿਕਾਰਡ ਕਰਨ ਲੱਗਾ ਹਾਂ ਹੋ ਸਕਦਾ ਹੈ ਕਿ ਇਹਨਾਂ ਦਾ ਸਕਰੀਨਸ਼ਾਟ ਦੀ ਕਦੇ ਕਦੇ ਲੈ ਕੇ ਆਪਣੇ ਫੋਨ 'ਚ ਜ਼ਰੂਰ ਰੱਖਿਆ ਹੋਵੇ ਕਿਉਂਕਿ ਮੈਂ ਜਦੋਂ ਕੋਈ ਵੀ ਸੂਟ ਸਟਿਚ ਕਰਨ ਲਈ ਜਾਂਦਾ ਹਾਂ ਅਤੇ ਭਾਈ ਦਾ ਜਿਹੜਾ ਸਟਾਈਲ ਆ ਉਹਨੂੰ ਜ਼ਰੂਰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਬਟ ਜਦੋਂ ਮੈਂ ਫਿਜ਼ੀਕ ਨੂੰ ਥੋੜ੍ਹਾ ਜਿਹਾ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਕਾਰਡੀਓ ਦੇ ਵਿੱਚ ਰਨਿੰਗ ਦੇ ਵਿੱਚ ਗਿਆ ਤਾਂ ਭਾਅ ਜੀ ਦੀ ਵੀਡੀਓਜ਼ ਨੂੰ ਦੇਖ ਕੇ ਹੋਰ ਵੀ ਜ਼ਿਆਦਾ ਇੰਸਪਾਇਰ ਹੋਇਆ ਸੋ ਇਹ ਦੋ ਜਿਹੜੇ ਭਾਈ ਦੇ ਪਰਸਨੈਲਿਟੀਜ਼ ਹੈਗੀਆਂ ਨੇ ਬੀਇੰਗ ਐਨ ਐਥਲੀਟ ਐਂਡ ਬੀਇੰਗ ਅ ਸਟਾਈਲਿਸ਼ ਇਨਫਲੂਐਂਸਰ ਅੱਜ ਆਪਾਂ ਦੋਨਾਂ ਦੇ ਉੱਤੇ ਡੈਪਥ 'ਚ ਗੱਲ ਕਰਾਂਗੇ ਸੋ ਭਾਈ ਦਾ ਨਾਮ ਵੀ ਮੈਂ ਭਾਈ ਰੱਖਿਆ ਤਾਂ ਸਟਾਈਲਿਸ਼ ਰਨਰ ਮੈਂ ਜਿਹੜਾ ਥੰਬਨੇਲ ਲਾਉਣਾ ਮੈਂ ਤਾਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਦਵਿੰਦਰ ਭਾਅ ਜੀ ਕੀ ਹਾਲ ਚਾਲ ਆ ਤੁਹਾਡਾ ਸਤਿ ਸ਼੍ਰੀ ਅਕਾਲ ਵੀਰੇ ਵਧੀਆ ਜੀ ਠੀਕ ਠਾਕ ਤੁਸੀਂ ਸੁਣਾਓ ਕਿੱਦਾਂ ਚੜ੍ਹਦੀ ਕਲਾ ਭਾਅ ਜੀ ਬਹੁਤ ਵਧੀਆ ਭਾਅ ਜੀ ਤੁਸੀਂ ਤੁਹਾਨੂੰ ਤਾਂ ਲਾਈਕ ਲੱਭਣਾ ਔਖਾ ਸੀਗਾ ਜਦੋਂ ਵੀ ਮੈਂ ਆਪਣੇ ਪੋਡਕਾਸਟ ਲਈ ਕੋਈ ਨਾ ਕੋਈ ਉਹ ਕਰਦਾ ਹੈਗਾ ਨਾ ਰਿਸਰਚ ਕਰਦਾ ਹਾਂ ਅਤੇ ਬੰਦੇ ਤਾਂ ਜਿਹੜਾ ਸਰਚ ਕਰੀਦਾ ਉਹ ਤਾਂ ਖੋਲ੍ਹ ਖੋਲ੍ਹ ਕੇ ਬਾਹਰ ਆਉਂਦੇ ਆ ਪਰ ਦਵਿੰਦਰ ਭਾਈ ਨੂੰ ਲੱਭਣਾ ਥੋੜ੍ਹਾ ਔਖਾ ਸੀਗਾ ਸੋ ਮੈਂ ਬੜਾ ਲੱਕੀ ਹਾਂ ਕਿ ਅੱਜ ਮਸਲ ਹਾਊਸ ਦੇ ਥਰੂ ਮੈਂ ਤੁਹਾਨੂੰ ਮਿਲ ਪਾਇਆ ਅਤੇ ਅੱਜ ਇੱਕ ਮੇਰੀ ਨਹੀਂ ਇਹ ਮੇਰੇ ਵਰਗੇ ਬੜੇ ਯੰਗਸਟਰਸ ਦੀ ਜਿਹੜੇ ਕਿਤੇ ਨਾ ਕਿਤੇ ਸਟਾਈਲ ਜਾਂ ਐਥਲੈਟਿਕਸ ਨੂੰ ਲੈ ਕੇ ਚੜ੍ਹਦੀ ਕਲਾ 'ਚ ਜਾਣਾ ਚਾਹੁੰਦੇ ਆ ਉਹ ਤੁਹਾਡੇ ਵਿਊਜ਼ ਜ਼ਰੂਰ ਲਿਆਉਣਾ ਚਾਹੁੰਣਗੇ ਇਹਨਾਂ ਟੋਪਿਕਸ ਉੱਤੇ ਸੋ ਭਾਅ ਜੀ ਆਪਾਂ ਸ਼ੁਰੂ ਕਰਦੇ ਹਾਂ ਹਮੇਸ਼ਾ ਰੈਪਿਡ ਫਾਇਰ ਤੋਂ ਸੋ ਰੈਪਿਡ ਫਾਇਰ ਦੇ ਮਤਲਬ ਵੀ ਆਪਾਂ ਮਿੰਟੋ ਮਿੰਟ ਜਵਾਬ ਦੇਣੇ ਆ ਬਟ ਇਸ ਟੋਪਿਕਸ ਆ ਜਿਹੜੇ ਸਾਡੇ ਧਿਆਨ 'ਚ ਹੈਗੇ ਨੇ ਤਾਂ ਆਪਾਂ ਤੁਹਾਡੇ ਉਹਦੇ ਵਿੱਚ ਵਿਊਜ਼ ਚਾਹਾਂਗੇ ਕੀ ਹੋਣਗੇ ਸੋ ਜਲਦੀ ਹੋ ਜਾਏਗਾ ਤਾਂ ਮੋਸਟ ਵੈਲਕਮ ਅਤੇ ਜੇ ਕੋਈ ਟੋਪਿਕ ਮੈਨੂੰ ਲੱਗ ਜਾਏ ਤਾਂ ਹੋਰ ਡੈਪਥ 'ਚ ਗੱਲ ਹੋ ਸਕਦੀ ਆਪਾਂ ਉੱਥੋਂ ਕਰ ਸਕਦੇ ਹਾਂ ਸੋ ਕਰੀ ਸ਼ੁਰੂ ਭਾਅ ਜੀ ਸੋ ਦਿਸ ਇਜ਼ ਮਸਲਹੌਲਿਕਸ ਡਾਇਟ ਰੈਪਿਡ ਫਾਇਰ ਸੋ ਜੇ ਤੁਸੀਂ 400 ਮੀਟਰ ਰਨਿੰਗ ਨਾ ਕਰਦੇ ਹੁੰਦੇ ਤਾਂ ਤੁਸੀਂ ਕਿਹੜੀ ਸਪੋਰਟਸ 'ਚ ਹੋਣਾ ਸੀਗਾ ਵੀਰੇ ਫਿਰ ਬਾਸਕਟਬਾਲ ਕਰਨੀ ਸੀ ਓਕੇ ਇੱਕ ਐਕਸਰਸਾਈਜ਼ ਜਿਹੜੀ ਰਨਿੰਗ ਨੂੰ ਇੰਪਰੂਵ ਕਰਦੀ ਹੈ ਹਾਈਨਿੰਗ ਓਕੇ ਵਨ ਮਿਸਟੇਕ ਜਿਹੜਾ ਇੱਕ ਰਨਰ ਕਦੀ ਨਾ ਕਰੇ ਮਿਸਟੇਕ ਬਿਨਾ ਵਾਰਮ ਅਪ ਤੋਂ ਵਰਕਆਊਟ ਕਰਨਾ ਓਕੇ ਇੱਕ ਡਾਇਟ ਆਫ ਅ ਰਨਰ ਕੀ ਹੋਣੀ ਚਾਹੀਦੀ ਭਾਅ ਜੀ ਜੇ ਤੁਸੀਂ ਦਵਿੰਦਰ ਭਾਅ ਜੀ ਆਪਣੀ ਡਾਇਟ ਆ ਉਹ ਦੇਖਦੇ ਆ ਕਿ ਉਹਦੀ ਹਾਈ ਪ੍ਰੋਟੀਨ ਲੋ ਕਾਰਬ ਡਾਇਟ ਨੂੰ ਪ੍ਰੈਫਰ ਕਰਦੇ ਆ ਜਾਂ ਪ੍ਰੋਟੀਨ ਠੀਕ ਠਾਕ ਹੋਵੇ ਬਟ ਕਾਰਬ ਹਾਈ ਹੋਏ ਤੁਸੀਂ ਤੁਹਾਡੀ ਕੀ ਕਾਰਬਸ ਹਾਈ ਨਹੀਂ ਚਾਹੀਦੇ ਪ੍ਰੋਟੀਨ ਹੀ ਹਾਈ ਚਾਹੀਦਾ ਓਕੇ ਭਾਅ ਜੀ ਸੋ ਕੀ ਜੈਨੇਟਿਕਸ ਰੋਲ ਪਲੇ ਕਰਦੇ ਇੱਕ ਬੀਇੰਗ ਅ ਗੁੱਡ ਰਨਰ ਜੈਨੇਟਿਕਸ ਬਿਲਕੁਲ ਭਾਅ ਜੀ ਕਰਦੇ ਆ ਓਕੇ ਬਿਲਕੁਲ ਸੋ ਤਿੰਨ ਪਰਸਨ ਭਾਅ ਜੀ ਜਿਨ੍ਹਾਂ ਨੂੰ ਤੁਸੀਂ ਐਡਮਾਇਰ ਕਰਦੇ ਹੋ ਸਪੋਰਟਸ ਦੇ ਵਿੱਚ ਸਪੋਰਟਸ ਦੇ ਵਿੱਚ ਪਹਿਲਾਂ ਤਾਂ ਮੇਰੇ ਸਿਸਟਰ ਓਕੇ ਹਾਂਜੀ ਫਿਰ ਫਾਦਰ ਸਾਹਿਬ ਤੇ ਸਰਦਾਰ ਮਿਲਖਾ ਸਿੰਘ ਜੀ ਓਕੇ ਤੁਹਾਡੇ ਸਿਸਟਰ ਮਨਜੀਤ ਕੌਰ ਜੀ ਹਾਂਜੀ ਤੇ ਫਾਦਰ ਸਾਹਿਬ ਦਾ ਨਾਮ ਕੀ ਤੁਹਾਡਾ ਫਾਦਰ ਸਾਹਿਬ ਸਰਦਾਰ ਹਰਭਜਨ ਸਿੰਘ ਓਕੇ ਭਾਅ ਜੀ ਸੋ ਤੁਹਾਡਾ ਭਾਈ ਅਲਟੀਮੇਟ ਗੋਲ ਕੀ ਹੈਗਾ ਰਨਿੰਗ ਦੇ ਵਿੱਚ ਗੋਲ ਭਾਅ ਜੀ ਅੱਗੇ ਨੈਕਸਟ ਈਅਰ ਏਸ਼ੀਅਨ ਗੇਮਸ ਆ ਰਹੀਆਂ ਉਹਦਾ ਗੋਲ ਆ ਵੀ ਉੱਥੇ ਆਪਾਂ ਮੈਡਲ ਲੈ ਕੇ ਆਈਏ ਇੰਡੀਆ ਲਈ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਜੀ ਜੇ ਭਾਈ ਤੁਹਾਨੂੰ ਮੈਂ ਇੱਕ ਹਾਈਪੋਥੈਟੀਕਲ ਕੁਐਸਚਨ ਪੁੱਛਾਂ ਐਗਜ਼ਾਮਪਲ ਕਿ ਦਵਿੰਦਰ ਭਾਈ ਸਪੋਰਟਸ ਮਿਨਿਸਟਰ ਬਣ ਗਏ ਆ ਪੰਜਾਬ ਦੇ ਵਿੱਚ ਜੀ ਇੱਕ ਚੇਂਜ ਜਿਹੜਾ ਤੁਸੀਂ ਸਪੋਰਟਸ ਇੰਡਸਟਰੀ ਦੇ ਵਿੱਚ ਲੈ ਕੇ ਆਉਣਾ ਚਾਹੋਗੇ ਕੀ ਹੋ ਗਿਆ ਭਾਈ ਜਿੱਦਾਂ ਪਹਿਲਾਂ ਵਿੰਗਸ ਵਗੈਰਾ ਬਹੁਤ ਚੱਲਦੇ ਸੀਗੇ ਪੰਜਾਬ ਦੇ ਵਿੱਚ ਹੁਣ ਵਿੰਗ ਜਿਹੜੇ ਸਪੋਰਟਸ ਸਕੂਲ ਦਾ ਵਿੰਗ ਹੋ ਗਿਆ ਜਾਂ ਹੋਰ ਛੋਟੇ ਵਿੰਗਸ ਬੰਦ ਹੋ ਗਏ ਆ ਉਹਨਾਂ ਨੂੰ ਮੈਂ ਚਲਾਉਣਾ ਚਾਹੂੰਗਾ ਸ਼ੁਰੂ ਤੋਂ ਓਕੇ ਅਤੇ ਜਿੱਦਾਂ ਜਿਹੜਾ ਆਪਣਾ ਯੰਗਸਟਰ ਆ ਜਾਂ ਨਵੇਂ ਜਿਹੜੇ ਮੁੰਡੇ ਜੂਨੀਅਰ ਆ ਕਿਉਂਕਿ ਆਪਣੀ ਟੈਲੈਂਟ ਬਹੁਤ ਜ਼ਿਆਦਾ ਆ ਪਿੰਡਾਂ ਦੇ ਵਿੱਚ ਅਤੇ ਆਪਾਂ ਨੂੰ ਪਿੰਡਾਂ ਦੇ ਵਿੱਚ ਹੀ ਜਿੱਦਾਂ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਨਾ ਆਪਾਂ ਨੂੰ ਸੈਂਟਰ ਖੋਲ੍ਹਣੇ ਚਾਹੀਦੇ ਆ ਕਿਉਂਕਿ ਆਪਾਂ ਨੂੰ ਉੱਥੋਂ ਹੀ ਮਿਲਨੇ ਆ ਐਥਲੀਟਸ ਜਿਹੜੇ ਜੂਨੀਅਰ ਲੈਵਲ ਤੋਂ ਜਿਹੜਾ ਯੂਥ ਅੱਗੇ ਜਾ ਕੇ ਪ੍ਰੈਜੈਂਟ ਕਰਨ ਇੰਡੀਆ ਨੂੰ ਉੱਥੇ ਬੈਠਾ ਆ ਅਤੇ ਉੱਥੇ ਤੱਕ ਕਿਤੇ ਨਾ ਕਿਤੇ ਸਾਡੀ ਜਿਹੜੀ ਪ੍ਰੋਡਕਟੀਵਿਟੀ ਪਹੁੰਚ ਲਈ ਹਾਂਜੀ ਹਾਂਜੀ ਗ੍ਰੇਟ ਭਾਅ ਜੀ ਇੱਕ ਸਪਲੀਮੈਂਟ ਸਜੈਸਟ ਕਰਨਾ ਹੈ ਤੁਸੀਂ ਰਨਿੰਗ ਲਈ ਕਿਹੜਾ ਕਰੋਗੇ ਸਪਲੀਮੈਂਟ ਪ੍ਰੋਟੀਨ ਬਹੁਤ ਜ਼ਿਆਦਾ ਵੇ ਪ੍ਰੋਟੀਨ ਵੇ ਪ੍ਰੋਟੀਨ ਓਕੇ ਭਾਅ ਜੀ
ਹੁਣ ਇੱਥੇ ਆਉਂਦੀ ਭਾਈ ਜਨਰਲ ਪਬਲਿਕ, ਠੀਕ ਆ, ਇਹ ਤਾਂ ਚਲੋ ਆਪਾਂ ਐਥਲੈਟਿਕਸ ਵਾਲੇ ਕਰ ਲਿਆ। ਜੇ ਇੱਕ ਜਨਰਲ ਪਬਲਿਕ ਨੇ ਸਟਾਰਟ ਕਰਨਾ ਹੋਏ ਉਹ ਰਨਿੰਗ ਤੋਂ ਸਟਾਰਟ ਕਰੇ ਤੁਹਾਡੇ ਅਕੋਰਡਿੰਗਲੀ, ਜੋਗਿੰਗ ਚੋਂ ਜਾਂ ਵਾਕਿੰਗ ਤੋਂ? ਭਾਜੀ ਪਹਿਲਾਂ ਤਾਂ ਜੋਗਿੰਗ ਵਗੈਰਾ ਸ਼ੁਰੂ ਕਰੇ, ਉਸ ਤੋਂ ਬਾਅਦ ਸਲੋ ਸਲੋ ਰਨਿੰਗ ਵੱਲ ਆਵੇ। ਜੀ ਜੀ, ਓਕੇ ਭਾਜੀ। ਜਨਰਲ ਪਬਲਿਕ ਲਈ ਭਾਜੀ ਸਪਰਿੰਟਿੰਗ ਜ਼ਿਆਦਾ ਰਿਜ਼ਲਟ ਦੇਗੀ ਉਹਨਾਂ ਦੀ ਹੈਲਥ ਬੈਨੀਫਿਟਸ ਨੂੰ, ਜਾਂ ਲੌਂਗ ਰਨਿੰਗ ਯਾਨੀ ਕਿ ਘੰਟਾ ਘੰਟਾ ਭੱਜਣਾ ਜਾਂ ਪਹਿਲਾਂ ਸਪਰਿੰਟਿੰਗ ਕਰਨੀ? ਜਿਹੜੇ ਤਾਂ ਭਾਜੀ ਸ਼੍ਰਿੰਕ ਆ ਥੋੜ੍ਹੇ, ਵੇਟ ਘੱਟ ਆ ਜਿਹਨਾਂ ਨੂੰ, ਉਹ ਤਾਂ ਆਪਾਂ ਵਾਰਮ ਅਪ ਕਰਕੇ ਤਾਂ ਸਪਰਿੰਟਿੰਗ ਵੀ ਕਰ ਸਕਦੇ ਹਾਂ, ਅਤੇ ਜਿਹੜੇ ਥੋੜ੍ਹਾ ਓਵਰਵੇਟ ਆ ਜਾਂ ਵੇਟ ਉਹਨਾਂ ਦਾ ਹੈਵੀ ਆ, ਉਹਦੇ ਲਈ ਫਿਰ ਆਪਾਂ ਨੂੰ ਪਹਿਲਾਂ ਰਨਿੰਗ 'ਤੇ ਕੰਮ ਕਰਨਾ ਚਾਹੀਦਾ। ਓਕੇ ਭਾਜੀ, ਹਾਂਜੀ। ਤੁਹਾਡੇ ਲਈ ਬੈਸਟ ਟਾਈਮ ਰਨਿੰਗ ਦਾ ਕਿਹੜਾ ਆ, ਸਵੇਰੇ ਜਾਂ ਈਵਨਿੰਗ? ਭਾਜੀ ਮੇਰੇ ਲਈ ਤਾਂ ਰਨਿੰਗ ਦਾ ਬੈਸਟ ਟਾਈਮ ਵਰਕਆਊਟ ਦਾ ਮੋਰਨਿੰਗ ਆ, ਅਤੇ ਈਵਨਿੰਗ 'ਚ ਥੋੜ੍ਹੀ ਗਰਮੀ ਹੋ ਜਾਂਦੀ ਆ ਜਾਂ ਸਿਆਲਾਂ ਦੇ ਵਿੱਚ ਥੋੜ੍ਹੇ ਠੰਡ ਜ਼ਿਆਦਾ ਹੋ ਜਾਂਦੀ, ਮੋਰਨਿੰਗ ਬੈਸਟ ਆ। ਮੋਰਨਿੰਗ, ਹਾਂਜੀ, ਵਰਕਆਊਟ ਜ਼ਿਆਦਾ ਵਧੀਆ ਮੋਰਨਿੰਗ 'ਚ ਹੁੰਦਾ। ਓਕੇ ਭਾਜੀ ਜੀ, ਜਿਹੜੇ ਵੇਟ ਗੇਨ ਕਰਨਾ ਚਾਹੁੰਦੇ ਆ, ਮਸਲ ਗੇਨ ਕਰਨਾ ਚਾਹੁੰਦੇ, ਕਿ ਉਹਨਾਂ ਨੂੰ ਰਨਿੰਗ ਕਰਨੀ ਚਾਹੀਦੀ ਹੈ? ਭਾਜੀ ਰਨਿੰਗ ਜ਼ਰੂਰੀ ਆ, ਰਨਿੰਗ ਜ਼ਰੂਰੀ ਨਹੀਂ ਹੈ ਵੀ ਆਪਾਂ ਵੇਟ ਗੇਨ ਕਰਨਾ ਤਾਂ ਆਪਾਂ ਰਨਿੰਗ ਨਹੀਂ ਕਰਨੀ, ਰਨਿੰਗ ਵੀ ਕਰਨੀ ਆ, ਬਟ ਉਹਦਾ ਥੋੜ੍ਹਾ ਸ਼ਡਿਊਲ ਪਹਿਲਾਂ ਬਣਾ ਲਏ ਬੰਦਾ ਵੀ ਕਿੱਦਾਂ, ਰਨਿੰਗ ਘੱਟ ਆ ਬਟ ਕਰਨੀ ਜ਼ਰੂਰ ਆ। ਓਕੇ ਭਾਜੀ, ਦਵਿੰਦਰ ਭਾਜੀ ਜੀ, ਕਿਸੇ ਬੰਦੇ ਨੇ ਕਿਹਾ ਮੈਂ ਰਨਿੰਗ ਨਹੀਂ ਕਰਨੀ, ਤੁਸੀਂ ਉਹਨੂੰ ਟ੍ਰੈਡਮਿਲ ਸਜੈਸਟ ਕਰੋਗੇ ਜਾਂ ਇਲਿਪਟੀਕਲ ਟ੍ਰੇਨਰ ਸਜੈਸਟ ਕਰੋਗੇ, ਦੋਨੋਂ 'ਚ ਜ਼ਿਆਦਾ ਵਧੀਆ ਕਿਹੜਾ ਹੈ? ਭਾਜੀ ਟ੍ਰੈਡਮਿਲ ਵੀ ਕਰ ਸਕਦੇ, ਤਾਂ ਜਿਮ ਦੇ ਵਿੱਚ ਜਿਹੜੇ ਜਾਂਦੇ ਆ ਮੁੰਡੇ, ਉਹਨਾਂ ਨੂੰ ਇੱਕ ਚੂਜ਼ ਕਰਨਾ ਹੈ, ਟ੍ਰੈਡਮਿਲ ਕਰ ਲੈਣਾ। ਟ੍ਰੈਡਮਿਲ ਕਰ ਲੈ, ਤੁਸੀਂ ਟ੍ਰੈਡਮਿਲ ਕਰਦੇ ਹੋ? ਬਹੁਤ ਘੱਟ ਕਰਦਾ ਭਾਜੀ, ਮਜ਼ੇ ਨਹੀਂ ਆਉਂਦਾ। ਸੋ ਮੈਂ ਵੀ ਜ਼ਿਆਦਾ ਇਹਨਾਂ ਨੂੰ ਇਹੀ ਕਹਿੰਦਾ ਨਾ, ਤੁਸੀਂ ਗਰਾਊਂਡ ਦੇ ਵਿੱਚ ਜਾ ਕੇ ਰਨਿੰਗ ਕਰੋ ਗਰਾਸ ਦੇ ਉੱਤੇ, ਕਿਉਂਕਿ ਜ਼ਿਆਦਾਤਰ ਹੁਣ ਜਿੱਦਾਂ ਆਪਣੇ ਗਰਾਊਂਡਸ ਦੇ ਵਿੱਚ ਨਹੀਂ ਆਉਂਦੇ ਅਤੇ ਸੜਕ ਉੱਤੇ ਭੱਜਣ ਲੱਗ ਜਾਂਦੇ, ਅਤੇ ਉਹਨਾਂ ਦੇ ਸ਼ਿਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਓਕੇ ਜੀ, ਇਹ ਆਪਾਂ ਇੱਥੇ ਡੈਪਥ 'ਚ ਗੱਲ ਕਰਾਂਗੇ। ਜੀ ਜੀ ਭਾਈ ਜੀ, ਚਲੋ ਭਾਜੀ, ਦਿਸ ਵਾਸ ਅਥਲੈਟਿਕ ਰਾਊਂਡ, ਠੀਕ ਆ, ਅਤੇ ਇਹ ਹੁਣ ਹੈਗਾ ਭਾਜੀ ਸਾਡਾ ਡਾਇਟ ਆਫ ਚੈਂਪੀਅਨ ਸਟਾਈਲ ਰਾਊਂਡ। ਹੁਣ ਇੱਥੇ ਆਪਾਂ ਸਟਾਈਲਿੰਗ ਦੀ ਗੱਲ ਕਰਦੇ ਹਾਂ। ਸੋ ਪਹਿਲਾ ਜਿਹੜਾ ਮੇਰਾ ਕੁਐਸਚਨ ਹੈਗਾ ਭਾਈ, ਸਰਦਾਰ ਜਿਹੜਾ ਬੰਦਾ ਆ ਉਹ ਕੈਜੂਅਲ 'ਚ ਜ਼ਿਆਦਾ ਸੋਹਣਾ ਲੱਗਦਾ ਜਾਂ ਫੋਰਮਲ ਦੇ ਵਿੱਚ? ਭਾਜੀ ਇਹ ਤਾਂ ਆਪੋ ਆਪਣੀ ਚੋਇਸ ਆ, ਤੁਸੀਂ ਜੇ ਲਾਈਕ ਤੁਸੀਂ ਜਾਣਾ ਚਾਹੁੰਦੇ ਕੈਜੂਅਲ ਦੇ ਵਿੱਚ, ਕੈਜੂਅਲ ਦੋਨੋਂ ਹੀ ਕਰ ਲੈਣਾ ਜ਼ਿਆਦਾ। ਓਕੇ, ਤੁਹਾਡੀ ਪ੍ਰੈਫਰੈਂਸ ਕਿਹੜੀ ਆ, ਅਮੈਰੀਕਨ ਕਾਲਰ ਜਾਂ ਇੰਗਲਿਸ਼ ਕਾਲਰ? ਇੰਗਲਿਸ਼ ਕਾਲਰ ਭਾਜੀ। ਓਕੇ, ਟੀ ਸ਼ਰਟ ਜ਼ਿਆਦਾ ਪਸੰਦ ਕਰਦੇ ਹੋ ਜਾਂ ਸ਼ਰਟਸ? ਸ਼ਰਟਸ ਜ਼ਿਆਦਾ ਉਦਾਂ ਵੇਅਰ ਕਰਦਾ, ਟੀ ਸ਼ਰਟਸ ਵਰਕਆਊਟ ਟਾਈਮ ਉਦਾਂ ਸ਼ਰਟਸ ਜ਼ਿਆਦਾ। ਉਦਾਂ ਸ਼ਰਟਸ, ਠੀਕ ਹੈ ਭਾਈ। ਇੱਕ ਕਲਰ ਦਾ ਸੂਟ ਜਿਹੜਾ ਹਰ ਇੱਕ ਸਰਦਾਰ ਮੁੰਡੇ ਕੋਲ ਹੋਣਾ ਚਾਹੀਦਾ ਹੈਗਾ, ਜਿਹੜੇ ਕਿ ਸੂਟ ਦਾ ਕਲਰ? ਆਈ ਥਿੰਕ ਬਲੈਕ। ਬਲੈਕ ਆਲ ਓਵਰ, ਹਾਂਜੀ, ਠੀਕ ਹੈ ਭਾਈ। ਫੁੱਲ ਵੈਲ ਪੱਗ ਜਾਂ ਰੂਬੀਆ? ਮਿਕਸ, ਮਿਕਸ ਵੈਲ, ਮਿਕਸ ਵੈਲ ਮੇਰੇ ਆਪ ਹੀ ਬੰਦਾ ਜੀ, ਠੀਕ ਹੈ। ਫੇਵਰਿਟ ਕਲਰ ਆਫ ਤੁਹਾਡਾ ਟਰਬਨ ਦਾ ਕਿਹੜਾ ਹੈ? ਰੈੱਡ ਵੀ ਹੈ ਜੀ, ਰੈੱਡ। ਓਕੇ ਭਾਈ, ਤੁਹਾਡੇ ਅਕੋਰਡਿੰਗਲੀ ਜਿਹੜਾ ਤੁਹਾਨੂੰ ਪਸੰਦ ਆ ਮੋਸਟ ਸਟਾਈਲਿਸ਼ ਬ੍ਰਾਂਡ, ਜਿਹੜਾ ਜਿਹੜਾ ਸਟਾਈਲਿਸ਼ ਕੱਪੜੇ ਬਹੁਤ ਵਧੀਆ ਬਣਾਉਂਦਾ ਹੈ? ਜ਼ਾਰਾ, ਜ਼ਾਰਾ ਨਾਲੇ ਈਜ਼ੀ ਮਿਲ ਜਾਂਦਾ ਸਾਰਾ ਉੱਥੋਂ, ਬੜੇ ਚੱਕਵੇਂ ਕਵਰ ਆ। ਹਾਂਜੀ, ਠੀਕ ਹੈ ਭਾਈ। ਅੱਛਾ, ਆਹ ਥੋੜ੍ਹਾ ਮੈਨੂੰ ਬੜਾ ਪਿਆਰਾ ਲੱਗਦਾ, ਤੁਹਾਨੂੰ ਸ਼ਾਇਦ ਤੁਸੀਂ ਇੰਜੋਏ ਕਰੋਗੇ। ਤੁਸੀਂ ਤਿੰਨ ਆਰਟਿਸਟ ਦੱਸਣੇ ਆ ਸਰਦਾਰ ਜਿਹੜੇ ਪੰਜਾਬੀ ਇੰਡਸਟਰੀ ਦੇ ਵਿੱਚ ਆ, ਅਤੇ ਜਿਹਨਾਂ ਦੀ ਫੈਸ਼ਨ ਸੈਂਸ ਜਿਹੜੀ ਆ ਤੁਹਾਨੂੰ ਬਹੁਤ ਇਨਫਲੂਐਂਸ ਕਰਦੀ ਹੈਗੀ ਆ, ਬਹੁਤ ਸੋਹਣੀ ਫੈਸ਼ਨ ਸੈਂਸ ਹੈਗੀ ਜਿਹਨਾਂ ਤੋਂ, ਤਿੰਨ ਆਰਟਿਸਟ ਸਰਦਾਰ? ਜੀ ਜੀ, ਦਲਜੀਤ ਭਾਜੀ ਹੋ ਗਏ, ਹਾਂਜੀ, ਅਤੇ ਆਪਣਾ ਜੋਰਡਨ ਸੰਧੂ ਵੀ ਵਧੀਆ ਲੱਗਦਾ। ਓਕੇ, ਅਤੇ ਜਵੰਦਾ ਭਾਜੀ, ਜਵੰਦਾ ਰਾਜ ਜਵੰਦਾ, ਹਾਂਜੀ। ਓਕੇ, ਹੁਣ ਤੁਸੀਂ ਤਿੰਨ ਆਰਟਿਸਟ ਦੱਸਣੇ ਆ ਜਿਹੜੇ ਕਟਿੰਗ 'ਚ ਹੋਣ ਅਤੇ ਉਹਨਾਂ ਦਾ ਫੈਸ਼ਨ ਸੈਂਸ ਜਿਹੜਾ ਆ ਬਹੁਤ ਵਧੀਆ ਹੋਵੇ। ਜੀ, ਕਟਿੰਗ ਦੇ ਵਿੱਚ ਓਂਕਾਰ ਭੁੱਲਰ ਆ, ਉਹ ਵੀ ਮੇਰਾ ਫਰੈਂਡ। ਹਾਂਜੀ, ਤੇ ਆਪਣਾ ਸੁਪਨੀਤ, ਸੁਪਨੀਤ ਭਾਜੀ, ਗੁੱਡ ਭਾਜੀ। ਕੋਈ ਇੱਕ ਟਿਪ ਤੁਸੀਂ ਦੱਸਣਾ ਚਾਹੋ ਹਰ ਇੱਕ ਮੁੰਡੇ ਨੂੰ, ਸਰਦਾਰ ਮੁੰਨਾ ਡਜ਼ਨਟ ਮੈਟਰ, ਹਰ ਇੱਕ ਬੋਏ ਨੂੰ, ਇੱਕ ਮੁੰਡੇ ਨੂੰ ਜਿਹੜਾ ਉਹਨੂੰ ਫੈਸ਼ਨ ਦੇ ਵਿੱਚ ਲਿਖੇ ਕਿ ਹਾਂ ਯਾਰ, ਆਹ ਟਿਪ ਦਵਿੰਦਰ ਭਾਈ ਵੱਲੋਂ ਕਿ ਯਾਰ ਫੈਸ਼ਨ ਨੂੰ ਲੈ? ਜਿੱਦਾਂ ਕਿਸੇ ਨੂੰ ਕਈ ਚੀਜ਼ਾਂ ਨਹੀਂ, ਕਿਸੇ ਵੱਲ ਦੇਖ ਕੇ ਨਹੀਂ ਕਾਪੀ ਕਰਨਾ ਚਾਹੀਦਾ, ਜੋ ਉਹਨਾਂ ਦਾ ਮਨ ਆ ਉਹ ਪਾਓ, ਜੋ ਅੰਦਰ ਉਹਨਾਂ ਨੂੰ ਲੱਗਦਾ ਵੀ ਮੈਂ ਸ਼ਰਟ ਪਾਉਣੀ, ਟੀ ਸ਼ਰਟ ਪਾਉਣੀ ਆ ਜਾਂ ਕਲਰ, ਕਿਸੇ ਵੱਲ ਦੇਖ ਕੇ ਨਾ ਪਾਓ, ਫੈਸ਼ਨ ਆਪਣਾ ਬਣਾ ਲਓ। ਚੱਕਰ ਪੈ ਜਾਂਦਾ ਭਾਜੀ, ਜਿੱਦਾਂ ਹੁਣ ਤੁਸੀਂ ਅੱਜ ਆ ਸ਼ਰਟ ਦੇ ਨਾਲ ਆ ਪੱਗ ਬੰਨੀ ਆ, ਇਹ ਮੈਂ ਵਾਲਾ ਤੇ ਹਾਸਾ ਨਿਕਲ ਜਾਣਾ, ਤੁਹਾਨੂੰ ਸੂਟ ਕਰਦੀ ਪਈ ਆ। ਸੋ ਇਸ ਕਰਕੇ ਕੀ ਹੁੰਦਾ ਕਿ ਆਪਾਂ ਕਈ ਵਾਰੀ ਕਿਸੇ ਵੱਲ ਦੇਖ ਕੇ ਕਰ ਜਾਂਦੇ, ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜੋ ਜੋ ਤੁਹਾਡਾ ਮਨ ਕਰਦਾ ਉਹ ਪਾਓ, ਬਾਕੀ ਦੁਨੀਆ ਜਾਏ, ਬਾਕੀ ਪਰਵਾਹ ਨਹੀਂ ਕਰਨੀ। ਜੀ ਭਾਜੀ ਜੀ। ਅੱਛਾ, ਇੱਕ ਦੋਸਤ ਤੁਹਾਡਾ ਜਿਹਦੇ ਨਾਲ ਤੁਸੀਂ ਆਪਣੇ ਕੱਪੜੇ ਐਕਸਚੇਂਜ ਕਰ ਲੈਂਦੇ ਹੁੰਦੇ ਨਾ ਮੁੰਡਿਆਂ 'ਚ, ਤੇਰੀ ਸ਼ਰਟ ਮੈਂ ਵਾਲੀ ਮੇਰੀ, ਅਮਨ ਦੇ ਨਾਲ, ਅਮਨ ਵਿਰਕ ਦੇ ਨਾਲ, ਅਮਨ ਵਿਰਕ ਦੇ ਨਾਲ। ਸੋ ਦਿਸ ਵਾਸ ਆਲ ਭਾਜੀ, ਘੈਂਟ ਸੀ, ਮਜ਼ਾ ਆਇਆ ਰੈਪਿਡ ਫਾਇਰ ਦਾ। ਸੋ ਭਾਜੀ ਮੈਂ ਤੁਹਾਡੇ ਤੋਂ ਕਾਫੀ ਜ਼ਿਆਦਾ ਇੰਸਪਾਇਰਡ ਹਾਂ, ਉਹਦੇ ਵਿੱਚੋਂ ਇੱਕ ਚੀਜ਼ ਜਿਹੜੀ ਤੁਹਾਡੀ ਇੰਸਪਾਇਰ ਕਰਦੀ ਆ, ਸਟਾਈਲ ਬ੍ਰਾਂਡਿੰਗ, ਇਹ ਤਾਂ ਚੀਜ਼ ਚਲੋ ਹੈ ਨਾ ਤੁਹਾਡੇ ਇੱਕ ਪਲੱਸ ਪੁਆਇੰਟ ਆ, ਬਟ ਮੇਰੇ ਖਿਆਲ ਤੁਹਾਨੂੰ ਪਹਿਚਾਣ ਹੀ ਰਨਿੰਗ ਨੇ ਦਿੱਤੀ ਹੈ। ਸੋ ਤੁਹਾਡੀ ਰਨਿੰਗ ਦਾ ਇੱਕ ਜਿਹੜਾ ਜਰਨੀ ਆ, ਮੈਨੂੰ ਥੋੜ੍ਹੀ ਜਿਹੀ ਪਤਾ ਆ ਕਿ ਤੁਸੀਂ ਸ਼ੁਰੂ 'ਚ ਹੀ ਹੈ ਨਾ ਇੱਥੇ ਜਲੰਧਰ ਆ ਗਏ ਖਾਲਸਾ ਕਾਲਜ, ਫਿਰ ਤੁਸੀਂ ਉੱਥੇ ਤੁਹਾਨੂੰ ਕੋਚ ਸਾਹਿਬ ਮਿਲੇ, ਤੁਸੀਂ ਕਿੱਦਾਂ ਡਿਸਾਈਡ ਕੀਤਾ ਕਿ 400 ਮੀਟਰ ਰਨਿੰਗ ਜਿਹੜੀ ਆ ਦਿਸ ਇਜ਼
ਐਕਚੁਅਲ ਭਾਅ ਜੀ ਮੈਂ ਮੇਰੀ ਜਿਹੜੀ ਅਥਲੈਟਿਕਸ ਦੀ ਜਰਨੀ ਹੈ 2004 ਦੇ ਵਿੱਚ ਮੈਂ ਸਪੋਰਟਸ ਸਕੂਲ ਆ ਗਿਆ ਸੀਗਾ ਸਾਡੇ ਜਲੰਧਰ ਅਤੇ ਫਾਦਰ ਸਾਹਿਬ ਗੇਮ ਕਰਦੇ ਸੀਗੇ ਅਤੇ ਸਿਸਟਰ ਹੁਣੀ ਗੇਮ ਕਰਦੇ ਸੀ ਫਿਰ ਗੇਮ 'ਚ ਸਾਨੂੰ ਗੁੜਤੀ ਸਪੋਰਟਸ ਦੀ ਮਿਲੀ ਹੈ ਘਰ ਵੀ ਅਤੇ ਫਿਰ ਇੱਥੇ ਆ ਗਏ ਉਹ ਤੋਂ ਫਿਰ ਇੱਥੇ ਆ ਕੇ ਮੈਂ ਪਹਿਲਾਂ ਹਾਈ ਜੰਪ ਸ਼ੁਰੂ ਕੀਤਾ ਮੈਂ ਪਹਿਲੇ ਸਾਲ ਹੀ 2004 'ਚ ਹੀ ਸਾਡੀ ਨੌਰਥ ਈਵਨ ਹੁੰਦੀ ਆ ਚੈਂਪੀਅਨਸ਼ਿਪ ਉੱਥੇ ਮੇਰਾ ਮੈਡਲ ਆ ਗਿਆ ਅਤੇ ਫਿਰ 2005 ਦੇ ਵਿੱਚ ਵੀ ਕੰਪੀਟੀਸ਼ਨ ਹੋਇਆ ਨੈਸ਼ਨਲ ਉੱਥੇ ਮੇਰਾ ਮੈਡਲ ਆ ਗਿਆ ਹਾਈ ਜੰਪ 'ਚ ਬਟ ਮੈਨੂੰ ਘਰਦੇ ਮੈਨੂੰ ਫੋਰਸ ਇਹੀ ਕਰਦੇ ਤੂੰ 400 ਮੀਟਰ ਕਰਨੀ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਰਨਿੰਗ ਕਰਦੇ ਸੀਗੇ 100 ਮੀਟਰ ਸਿਸਟਰ 400 ਮੀਟਰ ਦੇ ਉਦੋਂ ਏਸ਼ੀਅਨ ਗੇਮਸ 'ਚ ਗੋਲਡ ਮੈਡਲ ਸੀਗੇ ਸੋ ਮੈਨੂੰ ਮਗਰੋਂ ਇਹੀ ਹੁੰਦਾ ਸੀਗਾ ਕਿ ਤੂੰ 400 ਕਰਨੀ ਹੈ ਫਿਰ 2007 ਦੇ ਵਿੱਚ ਮੈਨੂੰ ਹਾਈ ਜੰਪ ਦੇ ਵਿੱਚ ਇੰਡੀਆ ਟੀਮ ਦੇ ਵਿੱਚ ਜੂਨੀਅਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਜਾ ਕੇ ਮੈਨੂੰ ਉੱਥੇ ਦਾ ਵਰਕਆਊਟ ਜ਼ਿਆਦਾ ਨਹੀਂ ਵਧੀਆ ਲੱਗਾ ਫਿਰ ਮੇਰੇ ਫਾਦਰ ਸਾਹਿਬ ਨੇ ਮੈਂ ਫੋਨ 'ਤੇ ਗੱਲ ਕੀਤੀ ਕਹਿੰਦੇ ਵੀ ਜੇ ਤੂੰ ਵਾਪਸ ਆਉਣਾ ਆ ਕੈਂਪ ਛੱਡ ਕੇ ਤਾਂ ਤੈਨੂੰ 400 ਮੀਟਰ ਦਾ ਵਰਕਆਊਟ ਕਰਨਾ ਪੈਣਾ ਈਵੈਂਟ ਚੇਂਜ ਕਰਨਾ ਇਹ ਮੈਨੂੰ ਪਤਾ ਹੀ ਸੀਗਾ ਵੀ ਕਰਨੀ ਲਾਸਟ 'ਤੇ 400 ਮੀਟਰ ਹੀ ਆ ਉਹ ਜਸਟ ਇਹ ਸੀਗਾ ਵੀ ਇੱਕ ਤਾਂ ਮੈਂ ਇੰਜੋਇਮੈਂਟਲੀ ਕਰ ਰਿਹਾ ਸੀ ਉਦੋਂ ਪ੍ਰੋਫੈਸ਼ਨਲੀ ਪ੍ਰੋਪਰ ਨਹੀਂ ਕਰ ਰਿਹਾ ਸੀ ਉਹ 'ਚ ਜਿਹੜੀ 400 ਮੀਟਰ ਵਿੱਚ ਵਰਕਆਊਟ ਬਹੁਤ ਹਾਰਡ ਆ ਜੰਪ ਦੇ ਵਿੱਚ ਥੋੜ੍ਹਾ ਜਿਹਾ ਈਜ਼ੀ ਹੁੰਦਾ ਸੋ ਉਹ ਚੀਜ਼ ਨੇ ਮੈਨੂੰ ਬੈਨੀਫਿਟ ਵੀ ਕੀਤਾ ਕਿਉਂਕਿ ਮੈਂ ਪਾਵਰ ਆ ਗਈ ਜੰਪਿੰਗ ਕਰ ਕਰਕੇ ਉਹ ਚੀਜ਼ ਦੇ ਨਾਲ ਫਿਰ ਮੈਨੂੰ ਬਹੁਤ ਬੈਨੀਫਿਟ ਹੋਇਆ 2008 ਦੇ ਵਿੱਚ ਮੈਂ 400 ਮੀਟਰ ਸ਼ੁਰੂ ਕੀਤੀ ਓਕੇ ਜੀ ਅਤੇ ਤੁਹਾਡਾ 400 ਮੀਟਰ ਦੇ ਵਿੱਚ ਰਿਕਾਰਡ ਹੈਗਾ 47.00 ਸੋ ਮਿਲਖਾ ਸਿੰਘ ਦਾ ਕੀ ਹੈ ਭਾਜੀ ਉਹਨਾਂ ਦਾ ਭਾਜੀ 45.54 ਸੀਗਾ ਹਾਂਜੀ ਹਾਂਜੀ ਅਤੇ ਹੁਸੈਨ ਬੋਲਟ ਦਾ ਵੀ ਆਲਮੋਸਟ ਇੰਨਾ ਹੀ ਹੈ ਉਹਨਾਂ ਦਾ ਭਾਈ 100 ਮੀਟਰ ਦਾ ਹਾਂਜੀ ਨਹੀਂ ਉਹਨਾਂ ਦਾ 200-400 ਸੀਗਾ ਉਹਨਾਂ ਦਾ 45 ਦੇ ਨੇੜੇ ਤੇ ਮੈਂ ਬੜਾ ਦੇਖ ਕੇ ਇਨਸਪਾਇਰ ਹੋਇਆ ਕਿ ਵੀ ਆਰ ਜਸਟ 2 ਸੈਕਿੰਡ ਬਿਹਾਈਂਡ ਹੁਸੈਨ ਬੋਲਟ ਹੈ ਨਾ ਸੋ ਇਹ 2 ਸੈਕਿੰਡ ਲਈ ਵੀ ਸਾਰੀ ਲਾਈਫ ਲੱਗ ਜਾਂਦੀ ਹੈ ਮੈਂ ਤੁਹਾਡੀ ਨਾ ਟਰੈਕਿੰਗ ਦੇਖਣ ਲਿਆ ਸੀਗਾ 2010 'ਚ ਤੁਸੀਂ ਪਹਿਲੀ ਵਾਰੀ ਆਈ ਥਿੰਕ ਸੋ ਕੀਤਾ ਸੀਗਾ ਕਰੈਕਟ ਮੀ ਇਫ ਆਈ ਐਮ ਰੋਂਗ ਤਾਂ ਤੁਸੀਂ ਉੱਥੇ ਪ੍ਰੋਗਰੈਸ ਦੱਸਦੇ ਹੋ ਜਿਹੜੀ ਤੁਸੀਂ ਉੱਥੇ ਪਾਈ ਨਾ ਆਪਣੀ ਜਿਹੜੀ ਓਲੰਪੀਆ ਨੇ ਆਪਣੀ ਵੈਬਸਾਈਟ 'ਤੇ ਰੱਖਿਆ ਹਾਂਜੀ ਸੋ ਉੱਥੇ ਦੇਖਿਆ ਟਰੈਕਿੰਗ ਮਿਨੀ ਮਾਈਕਰੋ ਸੈਕਿੰਡਸ ਦੇ ਵਿੱਚ ਤੁਸੀਂ 3 ਸਾਲ ਦੇ ਵਿੱਚ ਸੋ ਮੈਂ ਦੇਖਣ ਲਿਆ ਸਾਨੂੰ ਲੱਗਦਾ ਲੈ 2 ਸੈਕਿੰਡ ਤਾਂ ਹੈਗੇ ਆ ਦਵਿੰਦਰ ਭਾਜੀ ਯਾਰ ਕਿਉਂ ਨਹੀਂ 2 ਸੈਕਿੰਡ ਟਾਈਮ ਭਾਜੀ ਲੱਗ ਜਾਂਦਾ ਬਿਲਕੁਲ ਜੀ ਤੇ ਕਿੱਦਾਂ ਭਾਜੀ ਇਹਦੀ ਕੀ ਪ੍ਰੈਕਟਿਸ ਆ ਕੀ ਸਕੈਡਿਊਲ ਆ ਜੇ ਮੈਂ ਤੁਹਾਨੂੰ ਪੁੱਛਣਾ ਹੋਵੇ ਕਿ ਵਟ ਸ਼ੁੱਡ ਬੀ ਦਾ ਸਕੈਡਿਊਲ ਔਰ ਡਾਇਟ ਔਰ ਈਟਿੰਗ ਪੈਟਰਨ ਆਫ ਅ 400 ਮੀਟਰ ਨੈਸ਼ਨਲ ਰਿਕਾਰਡ ਰਨਰ ਤੇ ਤੁਹਾਡਾ ਕੀ ਹੈਗਾ ਤੁਸੀਂ ਸ਼ੇਅਰ ਕਰਿਓ ਆਪਣਾ ਪਲੀਜ਼ ਭਾਜੀ ਵਰਕਆਊਟ ਬਹੁਤ ਹਾਰਡ ਆ 400 ਮੀਟਰ ਦਾ ਤੇ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਪੰਚਵਲ ਤੇ ਕੀ ਕਹਿੰਦੇ ਆਪਣਾ ਆਪਾਂ ਡਿਸਿਪਲਿਨ ਹਾਂਜੀ ਮੇਨ ਡਿਸਿਪਲਿਨ ਆ ਸਭ ਤੋਂ ਪਹਿਲਾਂ ਤਾਂ ਡਿਸਿਪਲਿਨ ਦੇ ਵਿੱਚ ਆਪਾਂ ਰਵਾਂਗੇ ਫਿਰ ਹੀ ਆਪਾਂ ਕੁਛ ਕਰ ਸਕਦੇ ਹਾਂ ਬਾਹਰਲਾ ਕੰਮ ਕੋਈ ਨਹੀਂ ਘਰਦਿਆਂ ਦਾ ਕੰਮ ਕੋਈ ਨਹੀਂ ਸਿਰਫ ਵਰਕਆਊਟ ਮਾਰਨਿੰਗ 3 ਘੰਟੇ ਈਵਨਿੰਗ 3 ਘੰਟੇ ਕਿੰਨੇ ਵਜੇ ਉੱਠਦੇ ਹੋ ਭਾਜੀ ਕੀ ਖਾਂਦੇ ਹੋ ਕਿੱਦਾਂ ਜਾਂਦੇ ਹੋ ਇਹ ਭਾਜੀ ਅਕੋਰਡਿੰਗ ਹੁੰਦਾ ਵਰਕਆਊਟ ਦਾ ਟਾਈਮ ਕੀ ਆ ਗਰਮੀਆਂ ਦੇ ਵਿੱਚ ਤਾਂ 5 ਵਜੇ ਉੱਠ ਜਾਈਦਾ ਫਿਰ 8 ਵੀ ਵੱਜ ਜਾਂਦੇ ਗਰਾਊਂਡ ਦੇ ਵਿੱਚ ਕਈ ਵਾਰ 9 ਵੀ ਵੱਜ ਜਾਂਦੇ ਆ 2-3 ਘੰਟੇ ਤਾਂ ਸਵੇਰੇ ਲੱਗਣੇ ਸ਼ਾਮ ਨੂੰ ਫਿਰ ਉਹੀ ਰੈਗੂਲਰ ਜਿੱਦਾਂ 4 ਵਜੇ ਤੋਂ ਲੈ ਕੇ 6-7 ਵਜੇ ਤੱਕ ਵਰਕਆਊਟ ਚੱਲਦਾ ਜਮਾ ਬੰਦ ਤੇ ਕਲੀਨ ਡਾਇਟ ਖਾਣੀ ਪੈਂਦੀ ਆ ਦੇਸੀ ਡਾਇਟ ਕਹਿ ਲੋ ਜਿੱਦਾਂ ਆਪਾਂ ਛੋਲੇ ਭਿਉਂਗੇ ਉਹ ਚੀਜ਼ਾਂ ਕਹਿਣ ਨੂੰ ਦੇਸੀ ਆ ਬਟ ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਅਸੀਂ ਜਦੋਂ ਸ਼ੁਰੂ ਕੀਤੀ ਅਸੀਂ ਇਹੀ ਚੀਜ਼ਾਂ ਖਾਂਦੇ ਸੀ ਜਾਣੀਆਂ ਹਾਂਜੀ ਓਕੇ ਭਾਜੀ ਹਾਂਜੀ ਫਿਰ ਜਦੋਂ ਆਪਾਂ ਨੈਕਸਟ ਲੈਵਲ ਅੱਗੇ ਚੱਲੀ ਜਾਂਦੇ ਹਾਂ ਫਿਰ ਹੋਰ ਡਾਇਟ ਦਾ ਹੋਈ ਜਾਂਦਾ ਵਧੀਆ ਤਰੀਕੇ ਨਾਲ ਜਦੋਂ ਆਪਾਂ ਇੰਡੀਆ ਟੀਮ 'ਚ ਚੱਲ ਜਾਂਦੇ ਉੱਥੇ ਤਾਂ ਫਿਰ ਪ੍ਰੋਪਰ ਹੀ ਸਾਨੂੰ ਡਾਇਟੀਸ਼ਨ ਮਿਲ ਜਾਂਦੇ ਆ ਨਾਲ ਸਾਡੇ ਡਾਕਟਰਸ ਹੋ ਜਾਂਦੇ ਆ ਸਾਰਾ ਪ੍ਰੋਪਰ ਟੀਮ ਬਣ ਜਾਂਦੀ ਆ ਅਲੱਗ ਅਲੱਗ ਲੈਵਲ ਦੇ ਹਿਸਾਬ ਨਾਲ ਫਿਰ ਅੱਗੇ ਅੱਗੇ ਪ੍ਰੋਗਰੈਸ ਚੱਲੀ ਜਾਂਦੀ ਓਕੇ ਭਾਜੀ ਜੀ ਅਤੇ ਜਦੋਂ ਤੁਸੀਂ 6 ਘੰਟੇ ਇੰਨਾ ਵਰਕਆਊਟ ਹਾਰਡ ਕਰਦੇ ਹੋ ਤੁਸੀਂ ਦੱਸਿਆ ਡਾਇਟ ਨੂੰ ਤੁਸੀਂ ਬਹੁਤ ਜ਼ਿਆਦਾ ਪ੍ਰੈਫਰੈਂਸ ਰੱਖਣੀ ਪੈਂਦੀ ਆ ਤਾਂ ਰਿਕਵਰੀ ਦਾ ਕੀ ਪ੍ਰੋਸੀਜਰ ਹੁੰਦਾ ਭਾਜੀ ਰਿਕਵਰੀ ਭਾਜੀ ਫਿਰ ਪਹਿਲਾਂ ਤਾਂ ਵਰਕਆਊਟ ਕੀਤਾ ਆਪਾਂ ਨੂੰ ਪ੍ਰੋਟੀਨ ਵਗੈਰਾ ਨਾਲ ਦੀ ਨਾਲ ਹੀ ਗਰਾਊਂਡ 'ਚ ਹੀ ਹੈ ਨਾ ਹਾਂਜੀ ਹਾਂਜੀ ਫਿਰ ਬ੍ਰੇਕਫਾਸਟ ਸਾਰਾ ਆਪਣੀ ਡਾਇਟ ਦੀ ਪ੍ਰੋਪਰ ਰੱਖਣਾ ਪੈਂਦਾ ਜਦੋਂ ਆਪਾਂ ਇੰਡੀਆ ਟੀਮ 'ਚ ਹੁੰਦੇ ਉੱਥੇ ਸਾਨੂੰ ਕੁਛ ਬਣਾਉਣ ਦੀ ਲੋੜ ਹੀ ਨਹੀਂ ਆ ਸਾਨੂੰ ਬਣਿਆ ਬਣਾਇਆ ਮਿਲਦਾ ਆਪਾਂ ਸਾਰਾ ਸਾਡਾ ਕੰਮ ਹੁੰਦਾ ਵਰਕਆਊਟ ਕੀਤਾ ਡਾਇਟ ਖਾਧੀ ਅਤੇ ਰੈਸਟ ਕਰਨੀ ਹੋਰ ਕੋਈ ਕੰਮ ਨਹੀਂ ਸਾਰਾ ਦਿਨ ਰੈਸਟ ਅਤੇ ਰੈਸਟ ਜਿਹੜੀ ਉਹ ਆਈਸ ਥੈਰੇਪੀਜ਼ ਹੁੰਦੀ ਹਾਂਜੀ ਉਹ ਭਾਜੀ ਵੀਕ ਦੇ ਵਿੱਚ ਚੱਲਦਾ ਰਹਿੰਦਾ ਉਹ ਚੱਲਦਾ ਰਹਿੰਦਾ ਆਈਸ ਬਾਥ ਹੋ ਗਿਆ ਫਿਰ ਆਪਣੀ ਮਸਾਜ ਹੋ ਗਿਆ ਇਹ ਨਾਲ ਦੀ ਨਾਲ ਸਾਨੂੰ ਵੀਕ ਦੇ ਵਿੱਚ ਜਦੋਂ ਸੈਟਰਡੇ ਹੁੰਦਾ ਰੈਸਟ ਡੇ ਉਦੋਂ ਆਪਾਂ ਕਰਵਾਉਂਦੇ ਹਾਂ ਓਕੇ ਭਾਜੀ ਹੁਣ ਭਾਜੀ ਮੈਂ ਕਈ ਵਾਰੀ ਦੇਖਦਾ ਹਾਂ ਜਿੱਦਾਂ ਮੈਂ ਉੱਚੀ ਬਸਿਸ ਬਿਲੋਂਗ ਕਰਦਾ ਸਾਡੇ ਕੋਲ ਉੱਥੇ ਆਰਮੀ ਦਾ ਹੈ ਨਾ ਕੈਂਪ ਜਿਹਾ ਹੈਗਾ ਆ
ਤਾਂ ਭਰਤੀ ਨਿਕਲਦੀ ਰਹਿੰਦੀ ਆ। ਹਾਂਜੀ ਤਾਂ ਮੈਂ ਦੇਖਦਾ ਭਾਅ ਜੀ ਹਰ ਇੱਕ ਬੰਦੇ ਨੇ ਜਿਹੜਾ ਮੋਸਟਲੀ ਯੰਗਸਟਰ ਉਹਨੇ ਦੌੜ ਲਾਉਣੀ ਉਦੋਂ ਜਦੋਂ ਭਰਤੀ ਆਈ ਜਾਂਦੀ। ਹਾਂਜੀ ਤਾਂ ਭਾਅ ਜੀ ਉਹਨਾਂ ਨੇ ਨਹੀਂ ਦੇਖਣੀ ਡਾਇਟ ਜੀ ਜੀ, ਉਹਨਾਂ ਨੇ ਨਹੀਂ ਦੇਖਣਾ, ਉਹਨਾਂ ਨੂੰ ਹੁੰਦਾ ਕਿ ਬਸ ਮੈਂ ਇੰਨੇ ਚਿਰ 'ਚ ਇੰਨਾ ਰਿਕਾਰਡ ਬਣਾਉਣਾ ਹੈ ਜੀ ਜੀ ਜੀ। ਉਹਨਾਂ ਨੂੰ ਰੋਡ ਲੱਭੇ ਰੋਡ 'ਤੇ ਦੌੜ ਲੱਪਣਾ, ਗਰਾਊਂਡ ਲੱਭੇ ਗਰਾਊਂਡ 'ਚ ਦੌੜ ਲੱਪਣਾ। ਭਾਅ ਜੀ ਅਵੇਅਰਨੈਸ ਦੀ ਬਹੁਤ ਜ਼ਿਆਦਾ ਕਮੀ ਆ ਅਤੇ ਟੈਲੈਂਟ ਆਪਣੇ ਬਹੁਤ ਆ, ਆਪਣੇ ਮੁੰਡਿਆਂ ਦੇ ਵਿੱਚ ਬਹੁਤ ਕੈਪੇਬਿਲਿਟੀ ਆ, ਬਟ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਮੇਰੇ ਖਿਆਲ ਦੇ ਨਾਲ। ਤਾਂ ਤੁਹਾਡੇ ਹੁਣ ਜਿੱਦਾਂ ਹੁਸ਼ਿਆਰਪੁਰ ਲਾ ਲਓ, ਉੱਥੇ ਹੈਗੇ ਆ ਕੋਚਿੰਗ ਸੈਂਟਰ ਹੈਗਾ ਤੁਹਾਡੇ ਹੁਸ਼ਿਆਰਪੁਰ ਵੀ ਆ, ਦਸੂਹੇ ਵੀ, ਆਈ ਥਿੰਕ ਲੌਂਗ ਡਿਸਟੈਂਸ ਦਾ ਹੈਗਾ ਤੁਹਾਡੇ ਉੱਥੇ। ਓਕੇ ਅਤੇ ਬਟ ਜਿੱਦਾਂ ਹੁਣ ਆਪਣੇ ਭਰਤੀ ਆਉਂਦੀ ਆ ਉਦੋਂ ਵਰਕਆਊਟ ਸ਼ੁਰੂ ਕਰ ਦਿੰਦੇ ਆ, ਉਹ ਫਿਰ ਸੜਕ ਉੱਤੇ ਭੱਜਦੇ ਆ ਸਾਰੇ, ਉਹਨਾਂ ਦੇ ਫਿਰ ਪ੍ਰੋਬਲਮਸ ਕ੍ਰੀਏਟ ਹੋ ਜਾਣੀਆਂ, ਉਹਨਾਂ ਦੇ ਸ਼ਿਨ ਪੇਨ, ਸ਼ੂ ਮਾੜੇ ਹੋਣੇ ਆ, ਸ਼ੂ ਨਹੀਂ ਵਧੀਆ ਪਾਉਣੇ। ਓਕੇ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ, ਸ਼ੂ ਵੀ ਮੈਟਰ ਕਰਦੇ ਬਿਲਕੁਲ ਭਾਈ, ਸ਼ੂ ਦੇ ਭਾਅ ਜੀ ਫਿਰ ਉਹ ਉਹਨਾਂ ਨੂੰ ਇੰਜਰੀਜ਼ ਆਉਣ ਦੇ ਚਾਂਸਿਸ ਜ਼ਿਆਦਾ, ਨੰਗੇ ਪੈਰੀ ਵਰਕਆਊਟ ਕਰਨਾ ਹਾਰਟ ਦੇ ਉੱਤੇ ਪ੍ਰੋਬਲਮਸ ਕਰਦਾ। ਇੱਕ ਇਹ ਵੀ ਹੁੰਦਾ ਭਾਅ ਜੀ, ਮੈਨੂੰ ਇੱਕ ਪਤਾ ਨਹੀਂ ਫੈਕਟ ਆ ਮੇਥਾ ਕਿ ਬਹਿ ਕੇ ਪਾਣੀ ਪੀਣਾ ਹੁੰਦਾ ਉਹ ਜਦੋਂ ਹੁੰਦਾ ਤੇ ਉਹ ਗਲਾਸ ਜਾ ਕੇ ਬਹਿ ਕੇ ਪਾਣੀ ਖਲੋ ਕੇ ਨਹੀਂ ਪੀਂਦਾ? ਨਹੀਂ ਇੱਦਾਂ ਨਹੀਂ ਹੈਗਾ ਭਾਈ ਕੁਛ ਵੀ, ਉਸ ਵੇਲੇ ਤਾਂ ਬਸ ਪਾਣੀ ਪੀਂਦੇ ਨੇ, ਮਤਲਬ ਹੁੰਦਾ ਵੀ ਪਾਣੀ ਅੰਦਰ ਚੱਲ ਜਾਏ, ਭਾਵੇਂ ਬਹਿ ਕੇ ਪੀ ਲਓ ਭਾਵੇਂ ਖੜ ਕੇ। ਅੱਜ ਭਾਅ ਜੀ ਆਪਾਂ ਅਵੇਅਰਨੈਸ ਦਿੰਦੇ ਹਾਂ ਸਾਰੇ ਯੰਗਸਟਰਸ ਨੂੰ, ਮੈਨੂੰ ਨਹੀਂ ਪਤਾ ਕੌਣ ਇਹਨੂੰ ਦੇਖੇਗਾ ਨਹੀਂ ਦੇਖੇਗਾ, ਮੇਰੇ ਪਿੰਡ ਦੇ ਵਿੱਚ ਹਰ ਇੱਕ ਮੁੰਡਾ ਦੇਖੇਗਾ ਅਤੇ ਸਾਡੇ ਆਸੇ ਪਾਸੇ ਤਾਂ ਹੈਗੇ ਆ। ਸੋ ਇੱਕ ਚਾਰ ਪੰਜ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗੇ ਕਿ ਹਾਂ ਵੀ ਉਹਨਾਂ 'ਚ ਹੋਣੀ ਚਾਹੀਦੀ ਹੈ? ਜਿੱਦਾਂ ਭਾਈ ਆਪਣੇ ਮੁੰਡੇ ਜਿੰਨੇ ਵੀ ਆਪਾਂ ਜੋਬ ਲਈ ਭਰਤੀ ਲਈ ਹੈ ਨਾ ਕਰਦੇ ਆ ਵਰਕਆਊਟ, ਸਭ ਤੋਂ ਪਹਿਲਾਂ ਉਹਨਾਂ ਦਾ ਸ਼ੂ ਵਧੀਆ ਹੋਣੇ ਚਾਹੀਦੇ ਆ। ਓਕੇ ਉਹਨਾਂ ਦਾ ਜਿਹੜਾ ਸੋਲ ਆ ਥੋੜ੍ਹਾ ਸੌਫਟ ਹੋਣਾ ਚਾਹੀਦਾ, ਰਨਿੰਗ ਸ਼ੂਜ਼ ਹੋਣੇ, ਰਨਿੰਗ ਸ਼ੂ ਹੋਣਾ ਚਾਹੀਦਾ, ਮੈਂ ਬ੍ਰਾਂਡ ਵੱਡਾ ਨਾ ਹੋਵੇ ਬਟ ਬ੍ਰਾਂਡ ਕੋਈ ਵੀ ਹੋਵੇ, ਨੋ ਕੋਈ ਮੈਟਰ ਨਹੀਂ ਜ਼ਿਆਦਾ ਕਰਦਾ, ਬਟ ਉਹਨਾਂ ਦਾ ਸ਼ੂ ਵਧੀਆ ਹੋਣਾ ਚਾਹੀਦਾ, ਸੌਫਟ ਹੋਣਾ ਚਾਹੀਦਾ, ਹਾਰਡ ਨਹੀਂ ਹੋਣਾ ਚਾਹੀਦਾ। ਓਕੇ ਦੂਜਾ ਉਹਨਾਂ ਨੂੰ ਰੋਡ ਉੱਤੇ ਨਹੀਂ ਭੱਜਣਾ, ਗਰਾਊਂਡ 'ਚ ਬਹੁਤ ਹਾਰਡ, ਹਾਂ ਗਰਾਊਂਡ ਦੇ ਉੱਤੇ ਭੱਜੋ, ਗਰਾਸ ਦੇ ਉੱਤੇ ਭੱਜੋ, ਗਰਾਸ ਗਰਾਊਂਡ ਦੇ, ਅਤੇ ਡਾਇਟ ਆਪਣੀ ਪ੍ਰੋਪਰ ਰੱਖੋ। ਅਤੇ ਇਕੱਲਾ ਇਹ ਨਹੀਂ ਆ ਵੀ ਬਸ ਜੇ ਭਰਤੀ ਆ ਅਤੇ ਆਪਾਂ 5 ਕਿਲੋਮੀਟਰ ਡੇਲੀ ਰਨ ਕਰ ਲਿਆ, ਇੱਦਾਂ ਨਹੀਂ ਆ, ਕੁਛ ਪ੍ਰੋਪਰ ਸ਼ਡਿਊਲ ਹੋਣਾ ਚਾਹੀਦਾ। ਜ਼ਰੂਰੀ ਨਹੀਂ ਆ ਵੀ ਆਪਾਂ ਲੌਂਗ ਹੀ ਭੱਜਣਾ ਆ, ਇੱਕ ਦਿਨ ਤੁਸੀਂ ਲੌਂਗ ਭੱਜਣਾ, ਵਿੱਚ ਸਪਰਿੰਟਾਂ ਵੀ ਰੱਖਣੀਆਂ ਆ, ਵਿੱਚ ਵੇਟ ਟ੍ਰੇਨਿੰਗ ਰੱਖਣੀ ਆ, ਇੱਦਾਂ ਐਕਸਰਸਾਈਜ਼ ABC ਐਕਸਰਸਾਈਜ਼ ਕਰਨੀਆਂ, ਇਕੱਲੀ ਇੰਡੋਰੈਂਸ ਟ੍ਰੇਨਿੰਗ ਨਹੀਂ ਕਰਨੀ। ਹਾਂਜੀ ਇਕੱਲਾ ਨੂੰ ਹਰ ਇੱਕ ਟ੍ਰੇਨਿੰਗ, ਬਿਲਕੁਲ ਤੁਸੀਂ ਦੇਖੋ ਭਾਅ ਜੀ ਤੁਹਾਡੀ ਮੈਂ ਇੰਸਟਾਗ੍ਰਾਮ ਦੇਖਦਾ ਆ, ਜੀ 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 ਹੈਗਾ ਤੁਸੀਂ ਦੌੜਨਾ ਜੀ, ਤੁਸੀਂ ਕਲੀਨ ਐਂਡ ਜਰਕ ਲਾਉਂਦੇ ਪਏ, ਸਕੁਆਡ ਲਾਉਂਦੇ ਪਏ ਹੋ, ਹਰ ਇੱਕ ਤਰ੍ਹਾਂ ਦੀ ਯਾਨੀ ਕਿ ਜਿਹੜੀ ਆਪਾਂ ਦੇਖਣ ਡਰਾਵਣੀ ਤੋਂ ਡਰਾਵਣੀ ਐਕਸਰਸਾਈਜ਼ ਲੱਗਦੀ, ਤੁਸੀਂ ਹਰ ਇੱਕ ਲਾਉਂਦੇ ਹੋ। ਤਾਂ ਮੈਂ ਉਹੀ ਜਿਹੜੇ ਮੇਰੇ ਇੱਕ ਸੱਜਣ ਸੀਗੇ ਜੋ ਮੈਰਾਥਨ ਰਨਰ ਆ, ਮੈਂ ਉਹਨਾਂ ਨੂੰ ਪੁੱਛਿਆ ਮੈਂ ਭਾਅ ਜੀ ਇਹਦੇ ਪਿੱਛੇ ਕੀ ਲੌਜਿਕ ਹੁੰਦਾ ਹੈ? ਹਾਂਜੀ ਸੋ ਤੁਸੀਂ ਦੱਸਦੇ ਪਏ ਕਿ ਉਹ ਕਹਿੰਦੇ ਕਿ ਦੌੜਨੀ ਆਪਾਂ ਆਹੀ ਗੇਮ ਆ, ਬਟ ਸਾਰੀਆਂ ਨੂੰ ਸਪੋਰਟ ਕਰਦੀਆਂ ਕਿਤੇ ਨਾ ਕਿਤੇ। ਹੁਣ ਭਾਈ 400 ਮੀਟਰ ਆ ਮੇਰਾ ਇਵੈਂਟ, 400 ਮੀਟਰ ਸਭ ਤੋਂ ਹਾਰਡ ਇਵੈਂਟ ਆ ਐਥਲੈਟਿਕਸ ਦਾ। ਉਹਦੇ ਵਿੱਚ ਜਿੱਦਾਂ 100 ਮੀਟਰ ਉਹਦੇ ਵਿੱਚ ਆਪਾਂ ਕਹਿੰਦੇ ਪਾਵਰ ਐਂਡ ਸਪੀਡ ਦੋ ਚੀਜ਼ਾਂ ਮੈਟਰ ਕਰਦੀਆਂ, ਸਾਡੇ ਵਿੱਚ ਇੰਡੋਰੈਂਸ ਵੀ ਚਾਹੀਦੀ ਆ, ਸਪੀਡ ਵੀ ਚਾਹੀਦੀ ਆ, ਪਾਵਰ ਵੀ ਚਾਹੀਦੀ ਆ, ਸਟਰੈਂਥ ਵੀ ਚਾਹੀਦੀ ਆ, ਅਤੇ ਉਹ ਸਾਰਾ ਕੁਛ ਫਿਰ ਵਰਕਆਊਟ ਕਰਕੇ ਇਕੱਲਾ ਇਕੱਲਾ ਸਾਡਾ ਪ੍ਰੋਪਰ ਸ਼ਡਿਊਲ ਬਣਿਆ ਹੁੰਦਾ। ਵੇਟ ਟ੍ਰੇਨਿੰਗ ਵੀ ਜ਼ਰੂਰੀ ਆ, ਰਨਿੰਗ ਵੀ ਜ਼ਰੂਰੀ ਆ, ਸਪੀਡ ਐਕਸਰਸਾਈਜ਼ ਵੀ ਜ਼ਰੂਰੀ ਆ, ਈਵਨ ਆਈਸੋਮੈਟ੍ਰਿਕ ਜਿਹੜੀਆਂ ਹੋਲਡ ਵਾਲੀਆਂ ਆਪਾਂ ਐਕਸਰਸਾਈਜ਼ ਵਗੈਰਾ ਕਰਦੇ ਹਾਂ ਉਹ ਵੀ ਬਹੁਤ ਜ਼ਿਆਦਾ, ਸਟ੍ਰੈਚਿਸ ਵਗੈਰਾ ਵੀ ਬਣੀਆਂ, ਬਿਲਕੁਲ ਬਣੀਆਂ ਹੈ ਨਾ। ਹਾਂਜੀ ਹਾਂਜੀ, ਇਹ ਚੀਜ਼ਾਂ ਤੁਹਾਨੂੰ ਇੰਜਰੀ ਤੋਂ ਬਚਾਉਂਦੀਆਂ ਨੇ। ਜੀ ਜੀ ਭਾਅ ਜੀ, ਅਤੇ ਭਾਅ ਜੀ ਇੱਦਾਂ ਹੁੰਦਾ ਕਿ ਤੁਸੀਂ ਸਾਰੀ ਪ੍ਰੀਕੋਸ਼ਨਸ ਲੈਂਦੇ ਪਏ ਹੋ, ਹਰ ਇੱਕ ਚੀਜ਼ ਕਰਦੇ ਪਏ ਹੋ ਜੀ, ਬਟ ਸਟਿਲ ਇੰਜਰੀ ਦਾ ਤਾਂ ਕੋਈ ਦੱਸ ਕੇ ਤਾਂ ਆਉਣਾ ਨਹੀਂ ਆ। ਇੰਜਰੀ ਐਥਲੈਟਿਕ ਦੇ ਵਿੱਚ ਇੰਜਰੀ ਦਾ ਕੀ ਕਿੱਦਾਂ? ਇੰਜਰੀ ਭਾਈ ਇੰਜਰੀ ਤਾਂ ਜੇ ਸਪੋਰਟਸ ਦੇ ਵਿੱਚ ਹੋਵੇ ਨਾ ਤਾਂ ਫਿਰ ਤਾਂ ਮੈਂ ਕਹਿੰਦਾ ਸਪੋਰਟਸ ਦਾ ਮਜ਼ਾ ਹੀ ਨਹੀਂ ਆ। ਇੰਜਰੀਆਂ ਹਰਡਲਸ ਆਉਣਗੀਆਂ ਆਉਂਦੀਆਂ ਜਿਲੇ, ਅਤੇ ਉਹਨਾਂ ਤੋਂ ਜਦੋਂ ਆਪਾਂ ਰੀਹੈਬ ਕਰਕੇ ਆਉਂਦੇ ਹਾਂ ਸਵਾਦ ਫਿਰ ਹੀ ਆਉਂਦਾ, ਅਤੇ ਇੰਜਰੀਆਂ ਵਾਧੂ ਭਾਈ ਸਵਾਦ ਲਈ ਜਾਂਦੇ ਇਹ ਵੀ ਲਈ ਜਾਂਦੇ। ਅੱਛਾ ਜੀ। ਹਾਂਜੀ, ਅਤੇ ਇੰਜਰੀਜ਼ ਤਾਂ ਭਾਈ ਆਉਂਦੀਆਂ ਕਿਤੇ ਇੰਜਰੀ ਲੋਡ ਕਰਕੇ ਆ ਜਾਂਦੀਆਂ, ਆਪਾਂ ਓਵਰ ਟ੍ਰੇਨਿੰਗ ਕੀਤੀ ਹੁੰਦੀ ਆ, ਕੋਈ ਕੰਪੀਟੀਸ਼ਨ ਮੇਜਰ ਹੁੰਦਾ, ਆਪਾਂ ਬਹੁਤ ਜ਼ਿਆਦਾ ਡੈਡੀਕੇਟ ਹੋ ਕੇ ਇੱਕੋ ਬੰਦੇ ਜ਼ੋਰ ਮਾਰੀ ਜਾਂਦੇ, ਉਹਦੇ ਨਾਲ ਵੀ ਇੰਜਰੀ ਆ ਜਾਂਦੀ ਹੈ, ਥੋੜ੍ਹੀ ਬਹੁਤੀ ਆਪਣੀ ਅਣਗਹਿਲੀ ਕਰਕੇ ਵੀ ਆ ਜਾਂਦੀ ਹੈ, ਕਈ ਵਾਰੀ ਬੈਡ ਲੱਕ ਉੱਦਾਂ ਵੀ ਆ ਜਾਂਦੀ ਹੈ। ਪਰਮਾਤਮਾ ਨੇ ਜਦੋਂ ਦੱਸਿਆ ਕਿ ਰੱਖਿਆ ਹੁੰਦਾ ਕਿ ਹਾਂ ਵੀ ਦਵਿੰਦਰ ਸਿੰਘ ਤੁਹਾਡੀ ਜ਼ਿੰਦਗੀ 'ਚ ਰੱਖਿਆ ਤਾਂ ਤੁਸੀਂ ਹੋਰ ਗਰੋ ਕਰੋ। ਬਿਲਕੁਲ, ਤੁਹਾਡੀ ਲਾਈਫ 'ਚ ਕੀ ਇੰਜਰੀ ਤੁਸੀਂ ਸ਼ੇਅਰ ਕਰ ਸਕਦੇ ਹੋ? ਇੰਜਰੀਆਂ ਭਾਈ ਕਾਫੀ ਆਈਆਂ, ਪਹਿਲਾਂ 2010 ਦੇ ਵਿੱਚ ਇੰਟਰ ਯੂਨੀਵਰਸਿਟੀ ਰਿਕਾਰਡ ਕਰਕੇ ਆਇਆ ਸੀਗਾ ਮੈਂ 400 ਮੀਟਰ ਦਾ, ਅਤੇ ਘਰ ਆਉਂਦੇ ਸਾਰ ਹੀ ਜਿੱਦਾਂ ਤੁਹਾਨੂੰ ਪਤਾ ਘਰਦਿਆਂ ਦੇ ਨਾਲ ਕੰਮ ਕਰਾਉਣ ਲੱਗ ਗਏ, ਦਾਣਿਆਂ ਦੂਣਿਆਂ 'ਤੇ ਕੰਮ ਕਰਨ ਲੱਗ ਗਏ, ਘਰਦਿਆਂ ਦੇ ਨਾਲ ਟਰਾਲੀ ਭਰਤੀ ਆਪਾਂ ਨਾਲ ਜ਼ੋਰ ਮਾਰ ਕੇ, ਉਹ ਬੈਗ ਦੇ ਉੱਤੇ ਸਟ੍ਰੇਨ ਪੈ ਗਿਆ, ਉਹ ਤੋਂ ਬਾਅਦ L4 L5 ਹਿੱਲ ਗਿਆ, ਫਿਰ ਉਹਨੂੰ ਰੀਹੈਬ ਕਰਨ ਨੂੰ ਉਦੋਂ ਬਹੁਤ ਮੈਂ ਮਤਲਬ 6-7 ਮਹੀਨੇ ਵਰਕਆਊਟ ਤੋਂ ਦੂਰ ਰਿਹਾ। ਕਿੰਨੀ ਏਜ ਸੀ ਤੁਹਾਡੀ ਉਦੋਂ? ਉਦੋਂ ਭਾਈ ਮੈਂ ਹੁਣ 19 ਸਾਲ ਦਾ। ਅੱਛਾ। ਹਾਂਜੀ ਹਾਂਜੀ, ਉਦੋਂ ਮੈਨੂੰ ਸਾਰੇ ਕਹਿੰਦੇ ਆਪਰੇਟ ਕਰਨਾ ਆ ਕਰਨਾ, ਬਟ ਮੈਂ ਉਹ ਇੰਜਰੀ ਨੂੰ ਰੀਹੈਬ ਕਰਕੇ ਇੰਟਰਨੈਸ਼ਨਲੀ ਮੈਂ
ਹਾਪਾ ਨਾ ਉਹ ਸਿੱਧੂ ਮੂਸੇਵਾਲ ਦੀ ਗੱਲ ਬੜੀ ਵਧੀਆ ਲੱਗਦੀ ਸੀ ਉਹਨੇ ਕਹਿੰਦਾ ਕਿ ਬਾਂਹ 'ਤੇ ਸੀ ਗੋਲੀ ਵੱਜੀ ਪਾਈ ਨਹੀਂ ਸਨੈਪ ਮੈਨ ਅਤੇ ਆਪਾਂ ਦਿਖਾਉਂਦੇ ਨਹੀਂ ਹੈ ਕਈ ਵਾਰੀ ਅਤੇ ਸਗੋਂ ਮੈਂ ਤਾਂ ਚਲੋ ਤੁਹਾਨੂੰ ਇਹ ਅੱਜ ਪਤਾ ਲੱਗ ਰਿਹਾ ਤਾਂ ਬੜੇ ਯੂਥ ਹੁਣ ਤਾਂ ਭਾਈ ਚਲੋ ਸੋਸ਼ਲ ਮੀਡੀਆ ਦਾ ਥੋੜ੍ਹਾ ਜਿਹਾ ਕਰੇਜ਼ ਜ਼ਿਆਦਾ ਆ ਗਿਆ ਸਾਡੇ ਵਾਲੀ ਜਦੋਂ ਆਪਾਂ ਸਪੋਰਟਸ ਕਰਦੇ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਉਦੋਂ ਬਾਹਰਲੇ ਟ੍ਰੇਨਰ ਆਪਣੇ ਅਥਲੀਟ ਪਾਉਂਦੇ ਹੁੰਦੇ ਸੀ ਅਤੇ ਆਪਣੇ ਤਾਂ ਉਦੋਂ ਇਹ ਮਿੱਥ ਬਣੀ ਹੁੰਦੀ ਵੀ ਜਦੋਂ ਆਪਾਂ ਫਿੱਟ ਜੇ ਆਪਾਂ ਫੋਟੋ ਪਾ ਲਈ ਤੇ ਸਾਨੂੰ ਨਜ਼ਰ ਲਾ ਜਾਣੀ ਆ ਜੇ ਆਪਣੇ ਕੁਛ ਆਪਾਂ ਰਨਿੰਗ ਦੀ ਨਜ਼ਰ ਲਾ ਜਾਣੀ ਆ ਵੀ ਆਪਾਂ ਡਿੱਗ ਜਾਣਾ ਇੱਦਾਂ ਦਾ ਵੈਸੇ ਕੁਛ ਨਹੀਂ ਹੈਗਾ ਸਗੋਂ ਆਪਾਂ ਆਪਣੇ ਈਵੈਂਟ ਨੂੰ ਜਾਂ ਆਪਣੇ ਵਰਕਆਊਟ ਨੂੰ ਦੇਖਦੇ ਹਾਂ ਵਾਚ ਕਰਦੇ ਹਾਂ ਆਪਾਂ ਉਹ ਤੋਂ ਬਹੁਤ ਸਿੱਖਦੇ ਹਾਂ ਅਤੇ ਸਾਡੇ ਵਾਰੀ ਇਹ ਹੈ ਨਹੀਂ ਹੁੰਦਾ ਸੀਗਾ ਇਹ ਤਾਂ ਬਾਅਦ 'ਚ ਆਇਆ ਤੇ ਸਾਨੂੰ ਲੱਗਾ ਵੀ ਚਲੋ ਆਪਾਂ ਸ਼ੇਅਰ ਕਰਨੀਆਂ ਚਾਹੀਦੀਆਂ ਇਹ ਚੀਜ਼ਾਂ ਹਾਂਜੀ ਹਾਂਜੀ ਮਤਲਬ ਕਿ ਜੇ ਤੁਸੀਂ ਰਨਿੰਗ ਕਰਦੇ ਪਏ ਤਾਂ ਤੁਹਾਨੂੰ ਇਹ ਨਹੀਂ ਕਿ ਹੁਣ ਇੱਦਾਂ ਹੁੰਦਾ ਭਾਅ ਜੀ ਕਿ ਸਾਨੂੰ ਲੱਗਦਾ ਯਾਰ ਮੈਂ ਜਿਵੇਂ ਲਾਉਂਦਾ ਯਾਰ ਆਹ ਤੇ ਮੈਂ ਤੇ ਚੱਕ ਕੇ ਮਾਰ ਰਿਹਾ ਬਟ ਉੱਥੇ ਆਪਾਂ ਪ੍ਰੋਪਰ ਵਾਰਮ ਅਪ ਕੀਤਾ ਹੁੰਦਾ ਹਰ ਚੀਜ਼ ਹਾਂਜੀ 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 ਤਾਂ ਇੱਦਾਂ ਨਹੀਂ ਹੋ ਪਾਉਂਦਾ ਤਾਂ ਅਜੇ ਵੀ ਭਾਅ ਜੀ ਹੋ ਗਈ ਰਿਕਵਰ ਪ੍ਰੋਪਰ ਜਾਂ ਹਜੇ ਸਵਾਦ ਆ ਰਿਹਾ ਅਜੇ ਵੀ ਮਾੜਾ ਹਾਂਜੀ ਹਾਂਜੀ ਭਾਈ ਕਰੀ ਜਾਂਦੇ ਨਾਲ ਇੰਜਰੀ ਵੀ ਆ ਥੋੜ੍ਹੀ ਉਹਨੂੰ ਰੀਹੈਬ ਕਰ ਰਹੇ ਹਾਂ ਨਾਲ ਬਾਕੀ ਵਰਕਆਊਟ ਚੱਲ ਰਿਹਾ ਜੀ ਕੁਇਟ ਨਹੀਂ ਕੀਤਾ ਨਹੀਂ ਨਹੀਂ ਭਾਈ ਅਜੇ ਕਰਾਂਗੇ ਵਧੀਆ ਇਹ ਮਾਈਂਡ ਸੈਟ ਕਿੱਦਾਂ ਬਣਦਾ ਭਾਅ ਜੀ ਕਿਉਂਕਿ ਮੈਨੂੰ ਲੱਗਦਾ ਫਿਜ਼ੀਕਲ ਮੈਂ ਨਾ ਤੁਹਾਨੂੰ ਇੱਕ ਕੱਲ੍ਹ ਮੈਂ ਤੁਹਾਡੇ ਕਰਕੇ ਇੱਕ ਰਿਸਰਚ ਪੜ੍ਹਦਾ ਪਿਆ ਸੀ ਇੰਡੋਰੈਂਸ ਉੱਤੇ ਜੀ ਜੀ ਤੁਸੀਂ ਡੇਵਿਡ ਗੋਗਿਨਸ ਨੂੰ ਸੁਣਦੇ ਹੋ ਕੋਈ ਇੱਦਾਂ ਦਾ ਇੱਕ ਬੰਦਾ ਹੈਗਾ ਜਿਹੜਾ ਟੁੱਟੀ ਲੱਤ ਨਾਲ ਵੀ ਉਹ ਦੌੜ ਗਿਆ ਇੱਕ ਇੱਕ ਦਿਨ ਦੋ ਦੋ ਦਿਨ ਦੌੜਦਾ ਆ ਡੇਵਿਡ ਗੋਗਿਨਸ ਗੰਜਾ ਜਿਹਾ ਆ ਮੀਨਸ ਬੜਾ ਇੰਸਪਾਇਰਿੰਗ ਭਾਈ ਸਟੋਰੀ ਉਹਦੀ ਵੀ ਉਹ ਇੰਜਰੀ ਨੂੰ ਲੱਗਦਾ ਉਹਨੂੰ ਕਹਿੰਦਾ ਕਿ ਕੋਈ ਹੈ ਹੀ ਨਹੀਂ ਹੈ ਉਹਨਾਂ ਨੇ ਰਿਸਰਚ 'ਚ ਦੱਸਿਆ ਭਾਅ ਜੀ ਕਿ ਜਿਹੜੀ ਤੁਸੀਂ ਕੁਇਟ ਕਰਦੇ ਹੋ ਨਾ ਡਿਊਰਿੰਗ ਇੰਡੋਰੈਂਸ ਜੀ ਜੀ ਉਹ ਕਦੀ ਵੀ ਫਿਜ਼ੀਕਲੀ ਨਹੀਂ ਹੁੰਦੇ ਜੀ ਜੀ ਉਹਨਾਂ ਨੇ ਰਿਸਰਚ ਕੀਤੀ ਉਹਨਾਂ ਨੇ ਹਾਂ ਉਹਨਾਂ ਨੇ ਸਰਚ ਕੀਤੀ ਦੋ ਬੰਦਿਆਂ ਨੂੰ ਉਹਨਾਂ ਨੇ ਬਿਠਾਇਆ ਦੋ ਬੰਦਿਆਂ ਨੂੰ ਰਨਿੰਗ 'ਤੇ ਲਾਇਆ ਆਸੇ ਪਾਸੇ ਉਹਨਾਂ ਨੇ ਉਹਦੇ ਸਲੈਬਸ ਲਗਾਤੀਆਂ ਇੱਕ ਬੰਦਾ ਦੌੜ ਰਿਹਾ ਸੀਗਾ ਉਹਨੂੰ ਲੱਗ ਰਿਹਾ ਸੀ ਕਿ ਮੈਂ ਦੌੜਨ ਬਹੁਤ ਦਿਆਂ ਬਟ ਮੇਰੇ ਦੁਨੀਆ ਰੁਕੀ ਪਈ ਆ ਲਾਈਕ ਹਨਾ ਦੌੜਨ ਬਹੁਤ ਰਿਹਾ ਸੀਗਾ ਇੱਕ ਸਵਿਮ ਕਰਦਾ ਪਿਆ ਸੀਗਾ ਬਹੁਤ ਤੇਜ਼ ਤੇਜ਼ ਅਤੇ ਆਸੇ ਪਾਸੇ ਰੁਕਿਆ ਪਿਆ ਸੀ ਉਹਨੇ ਕੁਇਟ ਕਰਤਾ ਜੋਰ ਉਹਦਾ ਬਰਾਬਰ ਲੱਗਣ ਦੇ ਇੱਕ ਸੀਗਾ ਉਹ ਦੌੜਨ ਠੀਕ ਠਾਕ ਰਿਹਾ ਸੀਗਾ ਬਟ ਉਹਨੂੰ ਲੱਗਦਾ ਪਿਆ ਕਿ ਮੈਂ ਬਹੁਤ ਤੇਜ਼ ਦੌੜਨ ਦਿਆਂ ਤਾਂ ਉਹ ਬਹੁਤ ਦੇਰ ਤੱਕ ਸਸਟੇਨ ਕਰ ਸਕਿਆ ਯਾਨੀ ਕਿ ਫਿਜ਼ੀਕਲੀ ਦੋਨਾਂ ਦੀ ਜਿਹੜੀ ਉਹ ਸੀਗੀ ਸੇਮ ਸੀਗੀ ਤਾਂ ਉਹਨਾਂ ਨੇ ਦੱਸਿਆ ਕਿ ਮੈਂਟਲੀ ਸੋ ਬੀਇੰਗ ਅ ਰਨਰ ਤੁਸੀਂ ਕਿੱਦਾਂ ਸਟਰੈਂਥਨ ਕਰਦੇ ਹੋ ਆਪਣੇ ਮਾਈਂਡਸੈਟ ਮੈਂਟਲੀ ਭਾਈ ਬਹੁਤ ਜ਼ਿਆਦਾ ਸਟਰੋਂਗ ਚਾਹੀਦਾ ਇੱਕ ਅਥਲੀਟ ਬਿੱਲ ਪਾਵਰ ਉਹਦੀ ਬਹੁਤ ਜ਼ਿਆਦਾ ਜਿਹੜੀ ਸਾਡਾ 400 ਮੀਟਰ ਈਵੈਂਟ ਹੈ ਇਹ 'ਚ ਬਿੱਲ ਪਾਵਰ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜਦੋਂ ਤੁਸੀਂ ਸਟਾਰਟ ਉੱਤੇ ਖੜ੍ਹੇ ਹੁੰਦੇ ਹੋ 8 ਜਣੇ ਤੁਹਾਡੇ ਨਾਲ ਇੰਡੀਆ ਦੇ ਜਾਂ ਏਸ਼ੀਆ ਦੇ ਤੁਸੀਂ ਬੈਸਟ 8 ਦੇ ਵਿੱਚ ਖੜ੍ਹੇ ਹੋ ਏਸ਼ੀਆ ਦੇ ਅਤੇ ਉੱਥੇ ਤੁਹਾਡਾ ਮਾਈਂਡ ਸੈੱਟ ਆ ਵੀ ਤੁਸੀਂ ਇੰਨੇ ਸਟਰੋਂਗ ਹੋਣੇ ਚਾਹੀਦੇ ਤੁਹਾਨੂੰ ਕਿਸੇ ਦੀ ਪਰਵਾਹ ਨਹੀਂ ਹੋਣੀ ਚਾਹੀਦੀ ਵੀ ਨਾਲ ਮੇਰੇ ਜਪਾਨੀ ਖੜ੍ਹਾ ਜਾਂ ਰਸ਼ੀਅਨ ਜਾਂ ਚਾਈਨਾ ਵਾਲਾ ਖੜ੍ਹਾ ਤੁਹਾਨੂੰ ਆਪਣੇ 'ਤੇ ਫੋਕਸ ਹੋਣਾ ਚਾਹੀਦਾ ਵੀ ਜਿਹੜੀ ਮੈਂ ਮਿਹਨਤ ਕੀਤੀ ਆ ਮੈਂ ਆਪਣਾ ਰਨ ਕਰਨਾ ਮੇਰਾ ਕਿਸੇ ਨਾਲ ਕੰਪੀਟੀਸ਼ਨ ਨਹੀਂ ਹੈ ਮੈਂ ਆਪਣੇ ਆਪ ਨੂੰ ਜਿਹੜਾ ਮੇਰਾ ਟਾਈਮਿੰਗ ਉਹਨੂੰ ਬੀਟ ਕਰਨਾ ਮਾਈਂਡ ਸੈੱਟ ਬਹੁਤ ਜ਼ਿਆਦਾ ਸਟਰੋਂਗ ਚਾਹੀਦਾ ਭਾਅ ਜੀ ਕੋਈ ਸੈਲਫ ਟਾਕ ਕਰਦੇ ਉਸ ਟਾਈਮ ਭਾਅ ਜੀ ਉਸ ਲਈ ਭਾਈ ਜਦੋਂ ਤੇ ਮੈਂ ਜਦੋਂ ਕੰਪੀਟੀਸ਼ਨ ਹੁੰਦਾ ਮੈਂ ਪਾਰਟਸ ਬਣ ਕੇ ਜਾਂਦਾ ਹੁੰਦਾ ਅੱਛਾ ਜੀ ਹਾਂਜੀ ਉਹਦੇ ਨਾਲ ਬਹੁਤ ਮੈਂ ਤੁਹਾਡੀ ਸਟੋਰੀਜ਼ ਦੇਖਦਾ ਤੁਸੀਂ ਸਵੇਰੇ ਸਵੇਰੇ ਜਾਂਦੇ ਹੁੰਦੇ ਤੇ ਤੁਸੀਂ ਗੱਡੀ 'ਚ ਵੀ ਪਾਰਟ ਲਾਇਆ ਹੁੰਦਾ ਅਤੇ ਜਦੋਂ ਤੁਸੀਂ ਉਹ 43 ਸੈਕਿੰਡ 44 ਸੈਕਿੰਡ 45 ਸੈਕਿੰਡ 47 ਸੈਕਿੰਡ ਜਦੋਂ ਦੌੜਦੇ ਹੋ ਭਾਅ ਜੀ ਕੀ ਚੱਲਦਾ ਹੁੰਦਾ ਦਿਮਾਗ 'ਚ ਉਦੋਂ ਭਾਅ ਉਸ ਲਈ ਤਾਂ ਕੁਛ ਵੀ ਨਹੀਂ ਚੱਲਦਾ ਹੁੰਦਾ ਮਾਇੰਡ ਦੇ ਵਿੱਚ ਡੂ ਐਂਡ ਡਾਈ ਵਾਲਾ ਕੰਮ ਹੁੰਦਾ ਮਤਲਬ ਇੱਕ ਵਾਰੀ ਜਿੱਦਾਂ ਹੁਣ ਆਪਾਂ 400 ਲਾਉਂਦੇ ਕਈਆਂ ਨੂੰ ਲੱਗਦਾ ਵੀ ਸ਼ੁਰੂ ਤੋਂ ਹੀ ਆਲ ਆਊਟ ਕਰਤੀ ਵੀ ਸਪੀਡ ਖਿੱਚਦੀ ਇੱਦਾਂ ਨਹੀਂ ਹੁੰਦਾ ਉਹਨੂੰ ਮੇਨਟੇਨ ਕਰਨਾ ਹੁੰਦਾ ਉਹਦੇ ਲਈ ਅਸੀਂ ਸਾਲ ਸਾਲ ਵਰਕਆਊਟ ਕੀਤਾ ਹੁੰਦਾ ਵੀ ਆਪਾਂ ਕਿੱਦਾਂ ਕਿਹੜੀ ਪੇਸ ਲੈ ਕੇ ਜਾਣੀ ਹੈ ਫਸਟ 200 ਮੀਟਰ 'ਤੇ ਆਪਾਂ ਸਪੈਸ਼ਲ ਕੋਚ ਖੜ੍ਹਾ ਹੁੰਦਾ ਉਹਨੇ ਵਿਸਲ ਕਰਨੀ ਹੁੰਦੀ ਹੈ ਮੰਨ ਲਓ ਜੇ ਆਪਾਂ 45 ਸੈਕਿੰਡ ਭੱਜਦੇ ਪਏ ਹਾਂ 400 ਮੀਟਰ ਕੋਚ ਨੇ 22.5 'ਤੇ ਸਾਨੂੰ ਵਿਸਲ ਕਰਨੀ ਹੈ ਵੀ ਤੇਰੀ 200 ਮੀਟਰ ਠੀਕ ਜਾ ਰਹੀ ਹੈ ਕਿਉਂਕਿ ਕਈ ਵਾਰੀ ਭੱਜਦੇ ਹਾਂ ਪਤਾ ਨਹੀਂ ਲੱਗਦਾ ਕਈ ਵਾਰੀ ਜਿੱਦਾਂ ਮਿਲਖਾ ਸਿੰਘ ਜੀ ਕਹਿੰਦੇ ਮੈਂ ਪਹਿਲੀ 200 ਬਹੁਤ ਫਾਸਟ ਕਰ ਗਿਆ ਸੀਗਾ ਉਦੋਂ ਬਾਅਦ ਵਿੱਚ ਫਿਰ ਟਾਈਟ ਹੋ ਜਾਣਾ ਉਹਦੇ ਨਾਲ ਉਹ ਫਿਰ ਉਹ ਸਾਡੇ ਕੋਚ ਖੜ੍ਹੇ ਹੁੰਦੇ ਆ ਜਾਂ ਤੁਹਾਡੇ ਨਾਲ ਜਿਹੜੇ ਟ੍ਰੇਨਰ ਹੁੰਦੇ ਆ ਉਹ ਤੁਹਾਨੂੰ ਉੱਥੇ ਵਿਸਲ ਕਰ ਦਿੰਦੇ ਆ ਵੀ ਤੁਹਾਡੀ ਪੇਸ ਠੀਕ ਚੱਲ ਰਹੀ ਹੈ ਮਤਲਬ ਜਿਹੜਾ ਸਾਡਾ ਵਰਕਆਊਟ ਆ ਉਹ ਪੇਸ ਮੇਨਟੇਨ ਕਰਨ ਨੂੰ ਵੀ ਵਰਕਆਊਟ ਆ ਸਾਡਾ ਪ੍ਰੋਪਰਲੀ ਆਪਾਂ ਇਕੱਲੇ ਵਰਕਆਊਟ ਜ਼ਿਆਦਾ ਕਰਦੇ ਹਾਂ ਜਿੱਦਾਂ ਕਿਸੇ ਦੇ ਨਾਲ ਪਾਰਟਨਰ ਘੱਟ ਹੁੰਦਾ ਨਾਲ ਪਾਰਟਨਰ ਦੇ ਨਾਲ ਨਹੀਂ ਕਰਦੇ ਰਨਿੰਗ ਦਾ ਖਾਸ ਕਰਕੇ ਵੀ ਆਪਾਂ ਰੇਸ ਜਿਹੜੀ ਪੇਸ ਆ ਉਹਨੂੰ ਮਾਇੰਡ ਦੇ ਵਿੱਚ ਸਾਡੇ ਬੈਠੇ ਵੀ ਕਿੱਦਾਂ ਆਪਾਂ ਲੈ ਕੇ ਜਾਣਾ ਉਹਨੂੰ 45 ਸੈਕਿੰਡ ਪੂਰੇ ਇੱਕਦਮ ਸ਼ਡਿਊਲ ਹੁੰਦੇ ਤੁਹਾਡੇ ਕਿ ਇੱਦਾਂ ਇੱਦਾਂ ਕਰਨਾ ਜੇ ਭਾਈ 47 ਜਾਂ 46 ਆਪਾਂ ਕਰਨਾ ਉਹਦਾ ਪ੍ਰੋਪਰ ਪਹਿਲਾਂ ਆਪਾਂ ਉਹਦਾ ਇਕੱਲੇ ਇਕੱਲੇ ਸਟੈਪ ਦਾ ਸਾਨੂੰ ਪਤਾ ਹੁੰਦਾ ਵੀ ਕੋਚ ਨੇ ਉਹ ਜੱਜਮੈਂਟ ਕੀਤੀ ਹੁੰਦੀ ਵੀ ਇੱਥੇ ਤੱਕ ਇਹਨੇ ਇੰਨੇ ਟਾਈਮ 'ਚ ਪਹੁੰਚਣਾ ਅਤੇ 300 ਇੰਨੇ ਵਾਲੀ ਲਾਊਗਾ 200 ਇੰਨੇ ਵਾਲੀ ਲਾਊਗਾ ਹੋ ਭਾਈ ਜੀ ਜੀ ਤਾਂ ਤੁਸੀਂ ਆਪਣੇ ਕਿਤੇ ਨਾ ਕਿਤੇ ਇੱਕ ਸਾਨੂੰ ਦੱਸਿਆ ਗਲਿਮਸ ਦਿੱਤੀ ਆਪਣੀ ਸਪਿਰਚੁਐਲਿਟੀ ਦੀ ਜੀ ਜੀ ਤਾਂ ਅੱਜ ਕੱਲ੍ਹ ਯੂਥ ਆ ਭਾਅ ਜੀ ਬਟ ਮੈਂ ਤਾਂ ਮੰਨਦਾ ਕਿ ਉਹ ਮੋਟੀਵੇਟਡ ਆ ਬਹੁਤ ਜ਼ਿਆਦਾ ਆਪਾਂ ਕੋਈ ਵੀ ਗਾਣਾ ਲਾਉਂਦੇ ਹਾਂ ਜਾਂ ਉਹ ਲਾ ਕੇ ਚੱਲ ਗਏ ਹਾਂ ਜਾਂ ਫਿਰ ਤੁਹਾਡੇ ਮੋਟੀਵੇਟ ਹੋਣਾ ਕਿ ਮੈਂ ਤਾਂ ਇਹਨੂੰ ਹਰਾਉਣਾ ਆ ਜੀ ਜੀ
ਮੰਨ ਲਓ ਜਦੋਂ ਆਪਾਂ ਸਾਡਾ ਆਪਣਾ ਮਾਈਂਡ ਸੈਟ ਹੀ ਇੱਦਾਂ ਹੁੰਦਾ ਵੀ ਜਿਹੜਾ ਸਾਡਾ ਰਿਕਾਰਡ ਆ ਚਾਹੇ ਸਾਡਾ ਗੋਲਡ ਨਾ ਆਵੇ ਜਿਹੜੇ ਅੱਠ ਬੰਦੇ ਉੱਥੇ ਭੱਜ ਰਹੇ ਆ ਸਾਰਿਆਂ ਦਾ ਮਿਹਨਤ ਸੇਮ ਆ ਜਿਹੜੇ ਬੈਸਟ ਇੰਡੀਆ ਦੇ ਅੱਠ ਗੜੇ ਆ ਜਾਂ ਏਸ਼ੀਆ ਦੇ ਅੱਠ ਗੜੇ ਆ ਉਹਨਾਂ ਦਾ ਇਹ ਨਹੀਂ ਹੈ ਵੀ ਉਹ ਨੋਰਮਲੀ ਵਰਕਆਊਟ ਕਰ ਗਏ ਉਹ ਪ੍ਰੋਪਰ ਕਰਕੇ ਵਰਕਆਊਟ ਸਾਰਿਆਂ ਦੀ ਮਿਹਨਤ ਸੇਮ ਆ ਬਟ ਗੋਲਡ ਸਿਲਵਰ ਉਹ ਮਹਾਰਾਜ ਨੇ ਜਿਹਨੂੰ ਦੇਣਾ ਉਹਨੂੰ ਹੀ ਮਿਲਣਾ ਉਹਦੇ ਵਿੱਚ ਮੇਨ ਭਾਰੀ ਇਹ ਹੁੰਦਾ ਵੀ ਆਪਾਂ ਆਪਣਾ ਜਿਹੜਾ ਸਾਡਾ ਹੈਗਾ ਬੈਸਟ ਟਾਈਮ ਉਹਨੂੰ ਬੀਟ ਕਰਨਾ ਮੇਨ ਆਪਣੇ ਨੂੰ ਕਈ ਵਾਰੀ ਆਪਾਂ ਮੈਡਲ ਨਹੀਂ ਆਉਂਦਾ ਸਾਡਾ ਬਟ ਅਸੀਂ ਜਦੋਂ ਫਿਨਿਸ਼ ਕਰਦੇ ਰਹੇ ਆਪਾਂ ਕੁਛ ਨਹੀਂ ਪੁੱਛਦੇ ਮੇਰਾ ਟਾਈਮ ਅੱਛਾ ਥੱਲੇ ਆ ਗਿਆ ਫਿਰ ਜੇ ਥੱਲੇ ਆ ਗਿਆ ਜੇ ਨਹੀਂ ਵੀ ਮਿਲਣਾ ਤਾਂ ਵੀ ਖੁਸ਼ੀ ਹੁੰਦੀ ਵੀ ਚੱਲ ਮੈਂ ਆਪਣਾ ਜਿਹੜਾ ਮੇਰਾ ਕੰਮ ਸੀ ਉਹ ਮੈਂ ਡਨ ਕਰਤਾ ਵਾ ਮੈਡਲ ਨਹੀਂ ਆਇਆ ਕੋਈ ਚੱਕਰ ਨਹੀਂ ਕਿਉਂਕਿ ਆਪਾਂ ਹਾਰ ਤੋਂ ਵੀ ਭਾਅ ਜੀ ਸਿੱਖਣਾ ਹੀ ਹੈ ਕੁਛ ਨਾ ਕੁਛ ਜੇ ਆਪਾਂ ਹਾਰਦੇ ਹਾਂ ਫਿਰ ਹੀ ਆਪਾਂ ਕੁਛ ਨਾ ਕੁਛ ਉੱਤੋਂ ਸਿੱਖਦੇ ਹਾਂ ਫਿਰ ਨੈਕਸਟ ਈਅਰ ਨੈਕਸਟ ਜਦੋਂ ਰੇਸ ਹੁੰਦੀ ਉਹਦੇ ਵਿੱਚ ਆਪਾਂ ਸਾਰਾ ਉਹਨੂੰ ਦੇਖੀਦਾ ਵੀ ਆਪਾਂ ਕਿੱਥੇ ਕੀ ਗਲਤੀ ਕੀਤੀ ਉਹਦੇ ਹਿਸਾਬ ਨਾਲ ਫਿਰ ਆਪਾਂ ਨੈਕਸਟ ਵਰਕਆਊਟ ਕਰਕੇ ਆਪਣੀਆਂ ਖਾਮੀਆਂ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰਕੇ ਫਿਰ ਉੱਤਰ ਜੀ ਦੇ ਮੈਦਾਨ 'ਚ ਗ੍ਰੇਟ ਭਾਅ ਜੀ ਤੁਸੀਂ ਮਿਲਖਾ ਸਿੰਘ ਨੂੰ ਮਿਲੇ ਹੋ ਭਾਅ ਜੀ ਭਾਅ ਜੀ ਹਾਂਜੀ ਪਹਿਲਾਂ ਤਾਂ ਮੈਂ ਉਹਨਾਂ ਨੂੰ ਆਪਣਾ ਆਈਡਲ ਹੀ ਮੰਨਦਾ ਸੀ ਅਤੇ ਮੰਨਦਾ ਸੋਰੀ ਮੰਨਦਾ ਹਾਂ ਅਤੇ ਇਹ ਸੀਗਾ ਵੀ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਵੀ ਮੇਰੇ ਨਾਲ ਹੀ 2019 'ਚ ਮਿਲਿਆ ਇੱਕੋ ਪੋਡੀਅਮ 'ਤੇ ਦੋਵਾਂ ਨੂੰ ਉਹ ਵੀ 400 ਮੀਟਰ ਦੇ ਰਨਰ ਅਤੇ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀਗੀ ਵੀ ਮੈਂ ਵੀ 400 ਮੀਟਰ ਦਾ ਰਨਰ ਅਤੇ ਇੱਕੋ ਥਾਂ 'ਤੇ ਆਪਾਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਿਆ ਉਦੋਂ ਸਾਡੇ ਨਾਲ ਇੰਟਰਨੈਸ਼ਨਲ ਕੰਪੀਟੀਸ਼ਨ ਤੇ ਵੀ ਐਜ਼ ਏ ਮੈਨੇਜਰ ਨਾਲ ਜਾਂਦੇ ਹੁੰਦੇ ਓਕੇ ਹਾਂਜੀ ਹਾਂਜੀ ਕੀ ਚੀਜ਼ ਜਿਹੜੀ ਤੁਸੀਂ ਦੱਸੋਗੇ ਆਪਾਂ ਉਹਨਾਂ ਤੋਂ ਆਪਾਂ ਉਹਨਾਂ ਦੀ ਫਿਲਮ ਦੇਖੀ ਆ ਬਾਇਓਪਿਕ ਦੇਖੀ ਸਭ ਕੁਝ ਪਤਾ ਆ ਤੁਸੀਂ ਕੋਈ ਚੀਜ਼ ਦੱਸੋ ਜਿਹੜੀ ਉਹਨਾਂ ਤੋਂ ਸਾਨੂੰ ਕਾਪੀ ਕਰਨੀ ਚਾਹੀਦੀ ਆ ਉਹਨਾਂ ਦਾ ਇਨਫਲੂਐਂਸ ਹੋਣਾ ਚਾਹੀਦਾ ਉਸ ਚੀਜ਼ ਨੂੰ ਲੈ ਕੇ ਭਾਅ ਜੀ ਉਹ ਬਹੁਤ ਜ਼ਿਆਦਾ ਹਾਰਡ ਵਰਕ ਕਰਦੇ ਸੀਗੇ ਜਿੱਦਾਂ ਉਹਨਾਂ ਦਾ ਜਿੱਦਾਂ ਹੁਣ ਆਪਾਂ ਜੇ ਵਧੀਆ ਕੀਤਾ ਉਹਨਾਂ ਨੇ ਕਦੀ ਬਹੁਤ ਜ਼ਿਆਦਾ ਅਪਰੀਸ਼ੀਏਟ ਨਹੀਂ ਕਰਦੇ ਸੀਗੇ ਜਿੱਦਾਂ ਆਪਾਂ ਵਧੀਆ ਰਨ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਅਪਰੀਸ਼ੀਏਟ ਨਹੀਂ ਕਰਨਾ ਵੀ ਮੈਂ ਇਹਨੂੰ ਕਹਿਦਾ ਵੀ ਬਹੁਤ ਵਧੀਆ ਵੀ ਇਹ ਖੁਸ਼ ਹੋ ਜੇ ਉਹਨੇ ਉਹਨਾਂ ਕਹਿਣਾ ਅਰੇ ਹੋਰ ਬੈਸਟ ਕਰ ਅੱਛਾ ਅਰੇ ਹੋਰ ਬੈਸਟ ਚਾਹੀਦਾ ਸ਼ਾਬਾਸ਼ ਨਹੀਂ ਮਿਲਦੀ ਹਾਂ ਬਾਹਲੀ ਨਹੀਂ ਅਰੇ ਉਹਨਾਂ ਨੇ ਇੰਨਾ ਖੁਸ਼ ਨਹੀਂ ਹੁੰਦੇ ਜੇ ਤੁਹਾਨੂੰ ਮੰਨ ਲਓ ਜੇ ਤੁਹਾਡਾ ਬਰਾਊਨ ਆਇਆ ਉਹਨੇ ਕਹਿਣਾ ਅਰੇ ਬਰਾਊਨ ਆ ਗੋਲਡ ਚਾਹੀਦਾ ਅੱਛਾ ਇਹਨਾਂ ਹੁਣ ਆਸ ਪੁਸ਼ ਕਰਕੇ ਰੱਖਣਾ ਕਿਉਂਕਿ ਉਹਨਾਂ ਦੀਆਂ ਖੁਦ ਅਚੀਵਮੈਂਟ ਬਹੁਤ ਜ਼ਿਆਦੀਆਂ ਵੱਡੀਆਂ ਸੀ ਹਾਂਜੀ ਅਤੇ ਨਾਲੇ ਉਹ 80 ਰੇਸਾਂ ਦੇ ਵਿੱਚੋਂ 70 ਰੇਸਾਂ ਇੰਟਰਨੈਸ਼ਨਲ ਜਿੱਤਣੀਆਂ ਬਈ ਬਹੁਤ ਔਖਾ ਕੰਮ ਹੈ ਅਤੇ ਪਰ ਉਹ ਮੈਂ ਸੋਚ ਕੇ ਹੈਰਾਨਾ ਭਾਅ ਜੀ ਕਿ ਆਪਾਂ ਤਾਂ ਜੇ ਮੈਂ ਤਾਂ ਸਮਝ ਲਾਉਣਾ ਚਲ ਤੁਹਾਡੇ ਨਾਲ ਦੌੜਾ ਪੱਕੀ ਲਾਉਣੀ ਮੈਂ ਆਪਣੇ ਦੋਸਤ ਨੂੰ ਕਹਿੰਦਾ ਆਪਾਂ ਉੱਥੋਂ ਤੱਕ ਦੌੜ ਲਾਉਣੀ ਹੈ ਅਤੇ ਹਾਰਟ ਬੀਟ ਇੱਦਾਂ ਦੌੜਾ ਪੈਂਦੀ ਜਦੋਂ ਉੱਥੇ ਨਾਈਜੀਰੀਅਨ ਖੜੇ ਹੁੰਦੇ ਆ ਖਤਮ ਹੈ ਨਾ ਕਈ ਵਾਰੀ ਤਾਂ ਬੰਦੇ ਦੀ ਫਿਜ਼ੀਕ ਹੀ ਇੱਦਾਂ ਦੀ ਹੁੰਦੀ ਹੈ ਕਿ ਅਸੀਂ ਏਸ਼ੀਅਨ ਚੈਂਪੀਅਨਸ਼ਿਪ ਸੀਗਾ ਭਾਈ ਜਪਾਨ ਅਤੇ ਉੱਥੇ ਮੇਰੇ ਖਿਆਲ ਦੇ ਨਾਲ ਨਾਈਜੀਰੀਅਨ ਨੀਗਰੋ ਜਿਹੇ ਸੀਗੇ ਮੈਨੂੰ ਕੰਟਰੀ ਦਾ ਯਾਦ ਨਹੀਂ ਆ ਰਿਹਾ ਅਤੇ ਮੈਨੂੰ ਲੱਗਦਾ ਸੀਗਾ ਵੀ ਆਪਾਂ ਚੰਗੇ ਤਕੜੇ ਹਾਂ ਸਰੀਰੋਂ ਵੀ 6 ਫੁੱਟ 2 ਹਾਈਟ ਆ ਅਤੇ ਬਾਕੀ ਦੇ ਚਲੋ ਚਾਈਨੀਜ਼ ਜਿਹੜੇ ਉਹ ਛੋਟੇ ਹੁੰਦੇ ਹਾਈਟ 'ਚ ਜ਼ਿਆਦਾ ਨਹੀਂ ਸੀ ਪਰ ਜਦੋਂ ਮੈਂ 6.5-6 ਫੁੱਟ ਦੇ ਬੰਦੇ ਦੇਖੇ ਮੈਨੂੰ ਲੱਗਾ ਸਾਡੇ ਐਪਸ 'ਤੇ ਲੱਗੇ ਇੰਨੇ ਉਹਨਾਂ ਦੇ ਉਹ ਐਡੇ ਐਡੇ ਸਟਰੋਂਗ ਸੀਗੇ ਉਹਨਾਂ ਦੇ ਜੀਨਸ ਮੈਟਰ ਕਰਦੇ ਭਾਅ ਜੀ ਬਹੁਤ ਕਰਦੇ ਹਾਂਜੀ ਇੰਡੀਅਨ ਜੀਨਸ ਹੈਗੇ ਭਾਅ ਜੀ ਓਲੰਪਿਕ ਰਿਕਾਰਡ ਬਣਾਉਣ ਵਾਲੇ ਆ ਭਾਅ ਜੀ ਆਪਾਂ ਸਾਰਿਆਂ ਨਾਲੋਂ ਅੱਗੇ ਹਾਂ ਸਿਰਫ ਸਾਨੂੰ ਫੈਸਿਲਿਟੀਜ਼ ਨਹੀਂ ਮਿਲਦੀਆਂ ਜੇ ਅੱਜ ਨੀਰਜ ਚੋਪੜਾ ਇੰਡੀਆ ਦੇ ਵਿੱਚ ਰਹਿ ਕੇ ਓਲੰਪਿਕਸ ਗੋਲਡ ਜਿੱਤ ਸਕਦਾ ਤੇ ਆਪਾਂ ਵੀ ਜਿੱਤ ਸਕਦੇ ਹਾਂ ਜੇ ਸਾਡੇ ਕੋਲ ਟੈਲੈਂਟ ਦੀ ਕਮੀ ਨਹੀਂ ਹੈਗੀ ਸਿਰਫ ਸਾਨੂੰ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਪ੍ਰੋਪਰ ਸਾਨੂੰ ਮਿਲਦੀਆਂ ਫੈਸਿਲਿਟੀਜ਼ ਬਾਅਦ 'ਚ ਜਦੋਂ ਆਪਾਂ ਕੁਛ ਵੱਡੀ ਅਚੀਵਮੈਂਟ ਹਾਈਲਾਈਟ ਹੁੰਦੇ ਉੱਤੇ ਉਹ ਪਹਿਲਾਂ ਹੀ ਉਹਨਾਂ ਨੂੰ ਕ੍ਰੀਮ ਨੂੰ ਚੱਕ ਲਓ ਜਿਹਨਾਂ ਨੇ ਕੁਛ ਕਰਨਾ ਜਾਂ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡੇ ਜਿਹੜੇ ਹੈਗੇ ਆ ਵਿੰਗ ਚਲਾਉਣੇ ਚਾਹੀਦੇ ਆ ਗੌਰਮੈਂਟ ਨੂੰ ਵਿੰਗ ਦੇ ਪਹਿਲਾਂ ਬਹੁਤ ਜ਼ਿਆਦਾ ਸੀਗੇ ਹੁਣ ਘੱਟ ਆ ਅਤੇ ਜਿੰਨੇ ਵਿੰਗ ਹੋਣਗੇ ਉਨੀ ਪ੍ਰੀਰੀ ਜ਼ਿਆਦਾ ਮਿਲੂਗੀ ਉਹਨਾਂ ਨੂੰ ਫਿਰ ਅੱਗੇ ਉਹਨਾਂ ਨੂੰ ਵਧੀਆ ਕੋਚਿੰਗ ਸੈਂਟਰਾਂ ਦੇ ਵਿੱਚ ਭੇਜਿਆ ਜਾਵੇ ਜਿੱਦਾਂ ਹੁਣ ਰਿਲਾਇੰਸ ਵਾਲੇ ਟਾਟਾ ਵਾਲੇ ਇਹਨਾਂ ਦੀਆਂ ਹੈਗੀਆਂ ਸਪੋਰਟਸ ਨੂੰ ਕਰ ਰਹੇ ਆ ਪ੍ਰਮੋਟ ਉੱਥੇ ਜਾਣ ਆਪਣੇ ਬੱਚੇ ਅਤੇ ਆਪਾਂ ਨੂੰ ਉਹ ਫੈਸਿਲਿਟੀਆਂ ਮਿਲਣ ਅਤੇ ਆਪਾਂ ਡੈਫੀਨੇਟਲੀ ਭਾਅ ਜੀ ਮੈਡਲ ਕੋਈ ਔਖਾ ਗੱਲ ਨਹੀਂ ਗੁੱਡ ਹਾਂਜੀ ਜੇ ਆਪਾਂ ਇੱਦਾਂ ਦੇ ਸਿਸਟਮ ਦੇ ਵਿੱਚ ਰਹਿ ਕੇ ਓਲੰਪਿਕਸ ਦੇ ਪਹਿਲੇ 8 'ਚ ਬਹਿ ਸਕਦੇ ਤਾਂ ਮੈਡਲ ਕਿਉਂ ਨਹੀਂ ਲੈ ਸਕਦੇ ਨੀਰਜ ਚੋਪੜਾ ਨੂੰ ਹੈ ਉਹਨਾਂ ਨਾਲ ਮੇਰਾ ਜੂਨੀਅਰ ਆ ਭਾਅ ਜੀ ਬਹੁਤ ਵਧੀਆ ਫਰੈਂਡ ਆ ਮੇਰਾ ਅੱਛਾ ਹਾਂਜੀ ਹਾਂਜੀ ਤੇ ਕੋਈ ਚੇਂਜ ਆਇਆ ਉਹਨਾਂ ਦੇ ਗੋਲਡ ਮੈਡਲ ਕੇ ਸੇਮ ਉਹੀ ਭਾਜੀ ਪਹਿਲਾਂ ਵੀ ਭਾਈ ਸਾਹਿਬ ਵੀ ਬੋਲਦਾ ਸੀ ਹੁਣ ਵੀ ਭਾਈ ਸਾਹਿਬ ਵੀ ਬੋਲਦਾ ਹੁਣ ਵੀ ਉਹਨੂੰ ਅੱਧੇ ਅੱਧਾ ਮੈਸੇਜ ਮਾਰ ਦਿਓ ਜਿਸ ਲਈ ਉਹ ਅਵੇਲੇਬਲ ਨਾਲ ਹੀ ਮੈਸੇਜ ਆਇਆ ਹਾਂਜੀ ਭਾਜੀ ਦੱਸੋ ਓਕੇ ਮੈਨੂੰ ਲੱਗਦਾ ਵੀ ਉਹਦੇ ਵਰਗਾ ਐਜ਼ ਏ ਸਪੋਰਟਸਮੈਨ ਵੀ ਹੈ ਨਹੀਂ ਕੋਈ ਅਤੇ ਉੱਦਾਂ ਵੀ ਉਹਦੇ ਵਰਗਾ ਨੇਚਰ ਹੈ ਨਹੀਂ ਕਿਸੇ ਦਾ ਜਮਾਂ ਡਾਊਨ ਟੂ ਅਰਥ ਆ ਜਿੱਦਾਂ ਉਹ ਪਹਿਲਾਂ ਸੀਗਾ ਉਹ ਉਦਾਂ ਹੀ ਬਟ ਪੈਰਾਡਾਈਮ ਦੇਖੋ ਕਿਦਾਂ ਸ਼ਿਫਟ ਹੋਇਆ ਕਿੱਥੋਂ ਮੀਨਸ ਉਹਨਾਂ ਨੇ ਮਿਹਨਤ ਕੀਤੀ ਐਂਡ ਨਾਓ ਇਜ਼ ਇਨਸਪੀਰੇਸ਼ਨ ਫਾਰ ਲੋਟ ਆਫ ਪੀਪਲ ਬਿਲਕੁਲ ਭਾਅ ਜੀ ਬਿਲਕੁਲ ਅਤੇ ਉਹਨਾਂ ਦੀ ਕੋਈ ਇੱਕ ਚੀਜ਼ ਜਿਹੜੀ ਸਾਨੂੰ ਲੈਣੀ ਚਾਹੀਦੀ ਹੈ ਇੱਕ ਤਾਂ ਮੈਨੂੰ ਤੁਹਾਡੇ ਤੋਂ ਪਤਾ ਲੱਗ ਗਈ ਕਿ ਚਾਹੇ ਜੋ ਮਰਜ਼ੀ ਫੇਮ ਜਿੰਨੀ ਮਰਜ਼ੀ ਮਿਲ ਜੇ ਜਿਹੜੇ ਯਾਰ ਆ ਉਹ ਯਾਰ ਆ ਹਾਂਜੀ ਹਾਂਜੀ ਉਹ ਰਹਿਣੇ ਰਹਿਣੇ ਆ ਤਾਂ ਉਹਨਾਂ ਦੀ ਪ੍ਰੈਕਟਿਸ ਵੀ ਵਰਕਆਊਟ ਉਹਦਾ ਹੁਣ ਭਾਈ ਮੋਸਟਲੀ ਜ਼ਿਆਦਾ ਬਾਹਰ ਹੀ ਹੁੰਦਾ ਜਦੋਂ ਅਸੀਂ ਮੈਂ ਵਾਪਸ ਆਇਆ ਕੈਂਪ 'ਚੋਂ ਉਦੋਂ ਇਨ ਹੋਇਆ ਉਦੋਂ ਆਇਆ ਸੀਗਾ ਕੈਂਪ ਸੋ ਤੁਸੀਂ ਜੀਨਸ ਬਾਰੇ ਦੱਸਿਆ ਭਾਅ ਜੀ ਜੀ ਜੀਨਸ 'ਤੇ ਹੁਣ ਤੁਹਾਡੇ
ਜੀ ਕਿਉਂਕਿ ਤਿੰਨ ਏਸ਼ੀਅਨ ਗੇਮਸ ਕੰਟੀਨਿਊ ਹੈਟ੍ਰਿਕ ਮਾਰਨੀ 2002 ਦੀਆਂ ਏਸ਼ੀਅਨ ਗੇਮਸ 2006 ਦੀਆਂ ਤੇ 2010 ਦੀਆਂ ਫਸਟ ਇੰਡੀਅਨ ਵੂਮੈਨ ਹੈ ਜਿਹਨਾਂ ਨੇ ਤਿੰਨ ਏਸ਼ੀਅਨ ਗੇਮਸ ਗੋਲਡ ਮੈਡਲਿਸਟ ਨੇ ਵਾਓ ਹਾਂਜੀ ਇਹ ਬਹੁਤ ਵੱਡੀ ਗੱਲ ਆ ਤੇ ਕਾਮਨਵੈਲਥ ਗੇਮਸ 'ਚ ਵੀ ਉਹਨਾਂ ਦਾ ਗੋਲਡ ਆ ਸਿਲਵਰ ਆ ਟੂ ਟਾਈਮ ਓਲੰਪੀਅਨ ਨੇ ਚਾਰ ਵਰਲਡ ਚੈਂਪੀਅਨਸ਼ਿਪ ਪਾਰਟੀਸਪੇਟ ਨੇ ਮਤਲਬ ਮਿਲਖਾ ਸਿੰਘ ਤੋਂ ਬਾਅਦ ਜੇ ਕੁੜੀਆਂ ਦੇ ਵਿੱਚ ਜੇ ਮੈਂ ਕਹਾਂ ਤਾਂ ਸਭ ਤੋਂ ਵੱਡੇ ਅਥਲੀਟ ਕੁੜੀਆਂ ਨੇ ਮਿਲਖਾ ਹਾਂਜੀ 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 ਇੱਦਾਂ ਜੀ ਪੀ ਟੀ ਊਸ਼ਾ ਦਾ ਰਿਕਾਰਡ ਉਹਨਾਂ ਨੇ ਬ੍ਰੇਕ ਕੀਤਾ ਬਹੁਤ ਜਣੇ ਲੋਕਾਂ ਨੂੰ ਨਹੀਂ ਪਤਾ ਰਾਈਟ ਨਾਓ ਜਿਹੜਾ ਰਿਕਾਰਡ ਮਨਜੀਤ ਦੀ ਦਾ ਪੀ ਟੀ ਊਸ਼ਾ ਦਾ ਰਿਕਾਰਡ ਉਹਨਾਂ ਨੇ ਬ੍ਰੇਕ ਕੀਤਾ ਨਹੀਂ ਪਤਾ ਭਾਅ ਜੀ ਨਹੀਂ ਪਤਾ ਹੋਊਗਾ ਪੰਜਾਬ ਦੀ ਧੀ ਦਾ ਐਡਾ ਤਗੜਾ ਰਿਕਾਰਡ ਹਾਂਜੀ ਹਾਂਜੀ ਬਿਲਕੁਲ ਜੀ ਐਂਡ ਗੱਲ ਫਿਰ ਉਹੀ ਆਈ ਜੀ ਭਾਈ ਜਿਹੜੀ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਅੱਗੇ ਆਉਣਾ ਕਿਤੇ ਨਾ ਕਿਤੇ ਹੈ ਨਾ ਅੱਜ ਪਤਾ ਲੱਗਾ ਓਬਵੀਅਸਲੀ ਤੁਸੀਂ ਦੱਸ ਦਿਓ ਮੈਂ ਤੁਹਾਡੀ ਪੋਸਟ ਦੇਖਦਾ ਹਾਂ ਜੀ ਜੀ ਐਂਡ ਉਹ ਕਿੱਦਾਂ ਜਦੋਂ ਤੁਹਾਡਾ ਉਹ ਬੈਡ ਫਾਲ ਤੁਸੀਂ ਦੱਸਿਆ ਡਾਊਨ ਫਾਲ ਦੱਸਿਆ ਤੁਸੀਂ ਜੋ ਮੈਂ ਵਰਡ ਨਹੀਂ ਬੋਲਦਾ ਇੱਕ ਔਖਾ ਟਾਈਮ ਜਦੋਂ ਆਉਂਦਾ ਆ ਸੋ ਉਹ ਤਾਂ ਤੁਹਾਡੇ ਸਿਸਟਰ ਵੀ ਆ ਬੀਇੰਗ ਅ ਸਿਸਟਰ ਵੀ ਤੁਹਾਨੂੰ ਸਪੋਰਟ ਕਰਦੇ ਆ ਕਿਵੇਂ ਕਰਦੇ ਆ ਬੀਇੰਗ ਅ ਸਪੋਰਟਸ ਪਰਸਨ ਤੁਹਾਨੂੰ ਕਿਵੇਂ ਲਿਫਟ ਕਰਦੇ ਆ ਭਾਈ ਬਹੁਤ ਟਿਪਸ ਆ ਜਿਹੜੀਆਂ ਮੈਂ ਕਿਉਂਕਿ ਉਹ ਇੱਕ ਲਾਈਨ ਅਥਲੀਟ ਆ 400 ਮੀਟਰ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਆ 400 ਦੇ ਹਾਂਜੀ ਉਹਨਾਂ ਨੇ ਕੰਟੀਨਿਊ ਇੰਡੀਆ ਨੂੰ ਰੀਪ੍ਰਜੈਂਟ ਕੀਤਾ 12-13 ਸਾਲ ਅਤੇ ਉਹਨਾਂ ਕੋਲੋਂ ਪੁੱਛਦੇ ਰਹੀਦਾ ਦੱਸਦੇ ਵੀ ਰਹਿੰਦੇ ਆ ਵੀ ਕੀ ਕਿੱਦਾਂ ਕਰਨਾ ਵਰਕਆਊਟ ਦੇ ਵਿੱਚ ਸੈਸ਼ਨਾਂ ਦੇ ਵਿੱਚ ਆਉਂਦੇ ਆ ਗਰਾਊਂਡ ਦੇ ਵਿੱਚ ਓਕੇ ਦੱਸ ਦਿੰਦੇ ਆ ਵੀ ਕਿੱਦਾਂ ਵਰਕਆਊਟ ਕਰਨਾ ਟ੍ਰੇਨਿੰਗ ਕਿਹੜੇ ਹਿਸਾਬ ਨਾਲ ਕਰਨੀ ਹੈ ਸਟ੍ਰਿਕਟ ਆ ਪੂਰੇ ਜਾਂ ਨਹੀਂ ਨਹੀਂ ਸਟ੍ਰਿਕਟ ਨੇ ਅਤੇ ਉੱਦਾਂ ਫਰੈਂਡਲੀ ਵੀ ਨੇ ਸਾਰਾ ਕੁਛ ਟੱਲੀ ਜਾਂਦਾ ਘਰ 'ਚ ਭੈਣ ਦੇ ਉੱਤੇ ਪੂਰਾ ਕੋਚ ਵਾਲਾ ਹਾਂਜੀ ਹਾਂਜੀ ਭਾਅ ਜੀ ਬਾਕੀ ਸ਼ਾਇਦ ਜੇ ਅਸੀਂ ਇੰਟਰਨੈਸ਼ਨਲ ਅਥਲੀਟ ਬਣੇ ਹਾਂ ਤਾਂ ਸ਼ਾਇਦ ਉਹਨਾਂ ਦੇ ਕਰਕੇ ਬਣੇ ਆ ਕਿਉਂਕਿ ਘਰ ਦੇ ਵਿੱਚ ਮਾਹੌਲ ਇਦਾਂ ਦਾ ਸੀਗਾ ਤੇ ਘਰ ਦੇ ਵਿੱਚ ਮੈਡਲ ਬਹੁਤ ਵੱਡੇ ਜਦੋਂ ਹੁੰਦੇ ਤੁਹਾਡੇ ਜ਼ਿੰਮੇਵਾਰੀ ਵੱਧ ਜਾਂਦੀ ਆ ਜਦੋਂ ਤੁਸੀਂ ਉਹ ਹਰ ਵੇਲੇ ਜਦੋਂ ਉੱਠਣਾ ਤੁਹਾਡੇ ਸਾਹਮਣੇ ਏਸ਼ੀਅਨ ਗੇਮਾਂ ਕਾਮਨਵੈਲਥ ਗੇਮ ਦਾ ਮੈਡਲ ਪਿਆ ਹੋਵੇ ਤੇ ਤੁਹਾਨੂੰ ਲੱਗਦਾ ਵੀ ਮੈਂ ਵੀ ਉਹਦੇ ਲਾਗੇ ਸਾਗੇ ਪਹੁੰਚਾਂ ਨੇ ਉਹ ਤੋਂ ਵਧੀਆ ਕਰਾਂ ਸੋ ਜੇ ਤੁਸੀਂ ਮੰਨ ਲਓ ਏਸ਼ੀਆ ਖੇਡ ਕੇ ਵੀ ਆਉਂਦੇ ਹੋ ਕਈ ਲੋਕ ਬਹੁਤ ਖੁਸ਼ ਹੁੰਦੇ ਵੀ ਆਪਾਂ ਏਸ਼ੀਅਨ ਚੈਂਪੀਅਨਸ਼ਿਪਾਂ ਖੇਡ ਗਏ ਹਾਂ ਜਾਂ ਪਾਰਟੀਸਪੇਟ ਹੋਇਆ ਵਧੀਆ ਕਰ ਰਹੇ ਬਟ ਸਾਡੇ ਘਰ ਦਾ ਮਾਹੌਲ ਇੱਦਾਂ ਹੀ ਵੀ ਜਿੰਨਾ ਤੱਕ ਮੈਡਲ ਨਹੀਂ ਆਇਆ ਉਹ ਸਾਨੂੰ ਮੈਨੂੰ ਲੱਗਦਾ ਉਹਨੂੰ ਲੱਗਦਾ ਉਹਨਾਂ ਨੇ ਕੁਛ ਕੀਤਾ ਹੀ ਨਹੀਂ ਸਿੱਧੀ ਗੱਲ ਉਹ ਐਂ ਲੱਗਦਾ ਵੀ ਉਹਨਾਂ ਦਾ ਕੀ ਰਿਕਾਰਡ ਹੈ ਭਾਜੀ ਉਹਨਾਂ ਦਾ 400 ਮੀਟਰ ਦਾ ਰਿਕਾਰਡ ਹੈਗਾ 51.05 ਪੀ ਟੀ ਊਸ਼ਾ ਦਾ ਰਿਕਾਰਡ ਸੀਗਾ 51.65 ਦਾ ਓਕੇ ਆਈ ਥਿੰਕ ਹਾਂਜੀ ਤੇ ਜਿਹੜੀ ਆਪਾਂ ਗੱਲ ਕਰਦੇ ਪਏ ਕਿ ਜੈਨੇਟਿਕਸ ਇਦਾਂ ਉਦਾਂ ਹਾਂਜੀ ਹਾਂਜੀ ਉਹ ਭਾਈ ਇੰਡੀਅਨ ਅੱਗੇ ਜਾ ਸਕਦੇ ਨਹੀਂ ਜਾ ਸਕਦੇ ਤੇ ਉਹ ਤਾਂ ਚੱਲ ਗਏ ਐਗਜ਼ਾਮਪਲ ਹੈਗੀ ਆ ਕਿਉਂਕਿ ਕਿਤੇ ਨਾ ਕਿਤੇ ਜਦੋਂ ਆਪਾਂ ਗੱਲ ਕਰਦੇ ਨਾ ਦੌੜ ਦੀ ਮੈਂ ਮੇਰੇ ਦਿਮਾਗ ਦੇ ਵਿੱਚ ਇਨਸਾਨ ਭੱਜਿਆ ਹੁੰਦਾ ਬੰਦਾ ਭੱਜਿਆ ਹੁੰਦਾ ਮਿਲਖਾ ਸਿੰਘ ਕਰਕੇ ਜ਼ਿਆਦਾ ਹੋ ਗਿਆ ਹੈ ਨਾ ਬੰਦੇ ਭੱਜੇ ਭੱਜੇ ਹੁੰਦੇ ਅੱਗੇ ਬਟ ਕੁੜੀਆਂ ਵੀ ਸੁਣਦੀਆਂ ਇਸ ਪੋਡਕਾਸਟ ਨੂੰ ਸੋ ਮੈਮ ਉਹਨਾਂ ਲਈ ਇੱਕ ਬਹੁਤ ਵੱਡੀ ਇੰਸਪੀਰੇਸ਼ਨ ਹੈਗੇ ਨੇ ਕਿ ਸਾਡੇ 'ਚ ਆਪਾਂ ਜ਼ਿਆਦਾ ਹੈ ਨਾ ਪੋਟੈਂਸ਼ੀਅਲ ਰੱਖਦੇ ਹਾਂ ਅੱਗੇ ਆਉਣ ਦਾ ਸੋ ਇਹ ਬਹੁਤ ਵਧੀਆ ਗੱਲ ਹੈ ਭਾਜੀ ਐਂਡ ਤੁਸੀਂ ਗੱਲ ਕਰਦੇ ਪਏ ਸੀ ਆਪਣੇ ਹੈ ਨਾ ਡਾਇਟ ਨਹੀਂ ਹਾਈ ਪ੍ਰੋਟੀਨ ਅਤੇ ਜਿੱਦਾਂ ਹੁਣ ਭਾਜੀ ਤੁਸੀਂ ਬਾਹਰ ਆਇਓ ਘੁੰਮਣ ਫਿਰਨ ਆਇਓ ਸੋ ਹਾਊ ਡੂ ਯੂ ਮੈਨੇਜ ਔਰ ਯੂਅਰ ਡਾਇਟ ਭਾਜੀ ਜਿੱਦਾਂ ਥੋੜ੍ਹਾ ਜਿਹਾ ਫੈਟੀ ਚੀਜ਼ਾਂ ਜਾਂ ਓਇਲੀ ਚੀਜ਼ਾਂ ਤੋਂ ਅਵੋਇਡ ਕਰਦਾ ਮੈਂ ਮੈਨੂੰ ਲੱਗਦਾ ਮੈਂ ਜਦੋਂ ਪੀਕ ਤੇ ਹੁੰਦਾ ਮੈਨੂੰ ਲੱਗਦਾ ਮੈਂ ਪਰੌਂਠੇ ਦੇ ਸਾਲ ਸਾਲ ਨਹੀਂ ਖਾਧੇ ਹੋਣੇ ਤੇ ਏਦਾਂ ਚੱਲਦਾ ਫਿਰ ਬਾਕੀ ਡਾਇਟ ਨੂੰ ਪ੍ਰੋਟੀਨ ਵਗੈਰਾ ਪ੍ਰੋਪਰ ਨਾਲ ਲੈਣਾ ਪੈਂਦਾ ਸਪਲੀਮੈਂਟ ਸਾਨੂੰ ਪ੍ਰੋਪਰ ਬੋਡੀ ਦੇ ਹਿਸਾਬ ਨਾਲ ਪਹਿਲਾਂ ਟੈਸਟ ਵਗੈਰਾ ਕਰਾ ਕੇ ਮਤਲਬ ਕੱਲੀ ਸਪੋਰਟਸ ਇਹ ਨਹੀਂ ਆ ਵੀ ਆਪਾਂ ਭੱਜਣਾ ਹੀ ਉਹਦੇ ਵਿੱਚ ਬਹੁਤ ਕੁਛ ਮੈਟਰ ਕਰਦਾ ਨਾਲ ਸਾਡੇ ਡਾਇਟੀਸ਼ੀਅਨ ਹੋਣੇ ਚਾਹੀਦੇ ਆ ਫਿਜ਼ੀਓ ਹੋਣਾ ਚਾਹੀਦਾ ਸਾਡੇ ਸਾਰੇ ਮਸਲਾਂ ਦੇ ਜਾਂ ਆਪਣੀ ਬੋਡੀ ਦੇ ਟੈਸਟ ਵਗੈਰਾ ਕਰਕੇ ਜਿਹੜੀਆਂ ਸਾਨੂੰ ਚੀਜ਼ ਦੀ ਕਮੀ ਆ ਉਹਦੇ ਹਿਸਾਬ ਨਾਲ ਫਿਰ ਸਾਡੇ ਸਪਲੀਮੈਂਟ ਪਲਾਨ ਬਣਦਾ ਭਾਅ ਜੀ ਤੇ ਤੁਹਾਡਾ ਮਸਲੋਲਿਕਸ ਦੇ ਜਿਹੜੇ ਮੀਨਸ ਜਸਪ੍ਰੀਤ ਭਾਅ ਜੀ ਨੇ ਹਾਂਜੀ ਜਸਪ੍ਰੀਤ ਤੇ ਇਹਨਾਂ ਨਾਲ ਰਾਬਤਾ ਕਿਵੇਂ ਹੋਇਆ ਤੁਹਾਡਾ ਮੇਰੇ ਜਸਪ੍ਰੀਤ ਭਾਅ ਜੀ ਸੀਨੀਅਰ ਸੀਗੇ ਉਹ ਵਾਲੀਬਾਲ ਕਰਦੇ ਸੀਗੇ ਖਾਲਸਾ ਕਾਲਜ ਤੇ ਮੈਂ ਐਥਲੈਟਿਕਸ ਦਾ ਤੇ ਉਦਾਂ ਮਿਲਦੇ ਗਿਲਦੇ ਰਹਿਣਾ ਵਿਸ਼ ਵਿਸ਼ ਹੁੰਦੀ ਸੀ ਭਾਈ ਹੁਣਾਂ ਨਾਲ ਤੇ ਫਿਰ ਉੱਥੋਂ ਬਹੁਤ ਪਿਆਰ ਆ ਭਾਈ ਨਾਲ ਫਿਰ ਭਾਈ ਨੇ ਸ਼ੁਰੂ ਕੀਤੀ ਆਪਣੀ ਮਸਲੋ ਕਿਦਾਂ ਦਾ ਲੱਗਾ ਜਦੋਂ ਉਹਨਾਂ ਨੇ ਇਦਾਂ ਦਾ ਇਨੀਸ਼ੀਏਟਿਵ ਸਟਾਰਟ ਕੀਤਾ ਬਹੁਤ ਵਧੀਆ ਭਾਅ ਜੀ ਆਪਾਂ ਦੇ ਉਹ ਕਨਸੈਪਟ ਜਿੱਦਾਂ ਚਾਹੀਦਾ ਸੀ ਇੱਥੇ ਕਿਉਂਕਿ ਆਪਣੇ ਡਾਇਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁਣ ਭਾਈ ਨੇ ਆਪ ਸਪੋਰਟਸ ਕੀਤੀ ਹੈ ਉਹਨਾਂ ਨੂੰ ਪਤਾ ਵੀ ਇੱਕ ਸਪੋਰਟਸਮੈਨ ਦੀ ਡਾਇਟ ਕੀ ਹੋਣੀ ਚਾਹੀਦੀ ਹੈ ਹੁਣ ਅੱਗੇ ਬੰਦੇ ਨੇ ਜਾ ਕੇ ਡਾਇਟ ਬਣਾਉਣੀ ਆ ਹੁਣ ਭਾਈ ਨੂੰ ਉੱਥੇ ਆਈਦਾ ਨਾਲ ਹੀ ਦੱਸ ਦਈਦਾ ਨਾਲ ਦੀ ਨਾਲ ਹੀ ਆਪਾਂ ਨੂੰ ਡਾਇਟ ਪ੍ਰੋਵਾਈਡ ਹੋ ਜਾਂਦੀ ਹੈ ਹਾਈ ਪ੍ਰੋਟੀਨ ਕਾਰਬਸ ਜੋ ਵੀ ਤੁਸੀਂ ਖਾਣਾ ਜਿਹੜੇ ਬੋਡੀ ਬਿਲਡਰਸ ਜਾਂ ਜਿਮ ਵਾਲੇ ਉਹਨਾਂ ਦੀ ਉੱਦਾਂ ਹੀ ਡਾਇਟ ਆ ਅਥਲੀਟ ਵਾਲੀ ਭਾਈ ਨੂੰ ਮਤਲਬ ਬਹੁਤ ਜ਼ਿਆਦਾ ਨੌਲੇਜ ਅਤੇ ਉਹਦੇ ਨਾਲ ਸਾਨੂੰ ਬਹੁਤ ਹੈਲਪ ਵੀ ਹੋਈ ਹੈ ਜੀ ਭਾਈ ਨੇ ਟਾਈਮ ਟੂ ਟਾਈਮ ਸਾਨੂੰ ਆ ਕੇ ਡਾਇਟ ਗਰਾਊਂਡ ਤੱਕ ਵੀ ਪਹੁੰਚਦੀ ਰਹੀ ਹੈ ਭਾਈ ਦੀ ਸਾਨੂੰ ਅੱਛਾ ਅਸੀਂ ਵਰਕਆਊਟ ਕਰਨਾ ਭਾਈ ਨੇ ਸਾਨੂੰ ਆਪ ਲੈ ਕੇ ਡਾਇਟ ਸਾਨੂੰ ਗਰਾਊਂਡ 'ਚ ਮਿਲ ਜਾਂਦੀ ਹੁੰਦੀ ਓਕੇ ਨਾਲ ਦੀ ਨਾਲ ਹੀ ਹਾਂਜੀ ਬੈਨੀਫਿਟ ਲਿਆ ਫਿਰ ਤੁਸੀਂ ਨਹੀਂ ਨਹੀਂ ਬਿਲਕੁਲ ਭਾਈ ਨੇ ਪੂਰੀ ਸਪੋਰਟ ਕੀਤੀ ਨਹੀਂ ਭਾਜੀ ਤੇ ਇਦਾਂ ਦੇ ਇਨੀਸ਼ੀਏਟਿਵ ਜ਼ਿਆਦਾ ਹੋਣੇ ਚਾਹੀਦੇ ਨੇ ਬਿਲਕੁਲ ਜੀ ਤਾਂ ਜਿੰਨਾ ਜ਼ਿਆਦਾ ਆਪਾਂ ਡਿਮਾਂਡ ਰੱਖਾਂਗੇ ਗੁੱਡ ਡਾਇਟ ਦੀ ਉਨੀ ਜ਼ਿਆਦਾ ਪ੍ਰੋਤਸਾਹਨ ਮਿਲੇਗਾ ਹਰ ਇੱਕ ਬੰਦੇ ਨੂੰ ਕਿ ਇਸ ਫੀਲਡ 'ਚ ਵੀ ਆਪਾਂ ਚੜ੍ਹਦੀ ਕਲਾ 'ਚ ਰਹੀਏ ਹਾਂਜੀ ਸੋ ਇਟ ਵਾਸ ਗ੍ਰੇਟ ਟਾਕਿੰਗ ਟੂ ਯੂ ਭਾਜੀ ਥੈਂਕ ਯੂ
ਤਾਂ ਤੁਹਾਡੇ ਤੋਂ ਮੈਂ ਬਹੁਤ ਕੁਝ ਸਿੱਖਦਾ ਸੀਗਾ ਲਾਈਕ ਵੀਡੀਓ ਤੋਂ ਥਰੂ ਜਾਂ ਪੋਸਟ ਦੇ ਥਰੂ ਯਾਨੀ ਕਿ ਜੇ ਕਹਾਂ ਮੈਂ ਨਾ ਸੋਸ਼ਲ ਮੀਡੀਆ ਥਰੂ ਬਟ ਅੱਜ ਇਨ ਪਰਸਨ ਮਿਲ ਕੇ ਮੈਨੂੰ ਬਹੁਤ ਕੁਝ ਪਤਾ ਲੱਗਾ ਕਿ ਤੁਸੀਂ ਜਿੰਨੇ ਮਰਜ਼ੀ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਸਿੱਖ ਚੱਲਿਆ ਜਿੰਨੇ ਮਰਜ਼ੀ ਤੁਸੀਂ ਚੜ੍ਹਦੀ ਕਲਾ 'ਚ ਚੱਲ ਜਾਓ ਜਿੰਨਾ ਮਰਜ਼ੀ ਤੁਹਾਡੇ ਕੋਲ ਫੇਮ ਹੋਵੇ ਡਾਊਨ ਟੂ ਅਰਥ ਮੀਨਸ ਮੈਨੂੰ ਲੱਗਾ ਤੁਸੀਂ ਆਏ ਹੋ ਤੁਹਾਡੇ ਨਾ ਸਟ੍ਰੈਟਜੀ ਦੀ ਲੁੱਕ ਕਰਦਾ ਹਾਂ ਕਰਦਾ ਤੁਸੀਂ ਤਾਂ ਇੰਨੇ ਹੰਬਲ ਹੋ ਤਾਂ ਇਹ ਚੀਜ਼ ਪ੍ਰੈਜੈਂਟ ਕਰਦੇ ਤੁਹਾਡੀ ਫੈਮਿਲੀ ਬਾਰੇ ਵੀ ਤੁਹਾਡੀ ਸਿਸਟਰ ਬਾਰੇ ਤੁਹਾਡੇ ਫਾਦਰ ਸਾਹਿਬ ਬਾਰੇ ਵੀ ਸੋ ਮੇਰੀ ਬੈਸਟ ਵਿਸ਼ਿਸ ਹੈਗੀ ਆ ਤੁਸੀਂ ਇੱਥੇ ਇੱਕ ਗੱਲ ਕਹੀ ਆ ਤੁਸੀਂ ਏਸ਼ੀਅਨ ਦੇ ਵਿੱਚੋਂ ਮੈਡਲ ਅਤੇ ਆਪਾਂ ਨੂੰ ਹੈ ਨਾ ਚਾਹੀਦਾ ਚਾਹੀਦਾ ਨਹੀਂ ਕਹਿ ਸਕਦੇ ਬਟ ਤੁਸੀਂ ਆਪਣਾ ਬੈਸਟ ਦਿੰਦੇ ਪਏ ਹੁਣ ਪਤਾ ਲੱਗਿਆ ਕਿ ਡੈਫੀਨੇਸ਼ਨ ਆਫ ਮੈਡਲ ਕੀ ਆ ਡੈਫੀਨੇਸ਼ਨ ਆਫ ਮੈਡਲ ਤਿੰਨ ਆ ਚਾਰ ਆ ਗੋਲਡ ਸਿਲਵਰ ਬਰਾਊਨਸ ਤੇ ਪਰਸਨਲ ਬੈਸਟ ਬਿਲਕੁਲ ਭਾਈ ਚਾਰਾਂ ਦੇ ਕੋਈ ਨਾ ਕੋਈ ਆਉਣਾ ਚਾਹੀਦਾ ਪਰਸਨਲ ਬੈਸਟ ਵੀ ਹੋਵੇ ਭਾਈ ਮੈਡਲ ਜਿੰਨੀ ਮੈਡਲ ਜਿੱਤ ਦੇ ਬਰਾਬਰ ਆ ਹਨ ਸੋ ਮੈਨੂੰ ਬਹੁਤ ਵਧੀਆ ਲੱਗਾ ਐਂਡ ਮੈਨੂੰ ਲੱਗਦਾ ਹੈ ਕਿ ਆਪਾਂ ਫਿਰ ਟੱਚ 'ਚ ਰਹਾਂਗੇ ਚੜ੍ਹਦੀ ਨਜ਼ਰ ਆਵਾਂਗੇ ਥੈਂਕ ਯੂ ਵੈਰੀ ਮੱਚ ਦਵਿੰਦਰ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਸੋ ਏ ਸੀ ਦਵਿੰਦਰ ਭਾਜੀ ਤਾਂ ਭਾਜੀ ਦਾ ਨੈਸ਼ਨਲ ਰਿਕਾਰਡ ਹੈਗਾ ਆ 400 ਮੀਟਰ ਦੇ ਵਿੱਚ 47.47 ਸੋ ਉਮੀਦ ਕਰਦਾ ਹਾਂ ਅੱਜ ਦੇ ਯੰਗਸਟਰਸ ਨੂੰ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਏਗਾ ਬਿਫੋਰ ਲੀਵਿੰਗ ਭਾਅ ਜੀ ਇੱਕ ਚੀਜ਼ ਹੋਰ ਮੇਰੇ ਯੰਗਸਟਰ ਦੇ ਦਿਮਾਗ 'ਚ ਆਈ ਜੀ ਜੀ ਮੇਰੇ ਤੋਂ ਜੀਨਸ ਨਹੀਂ ਹੈਗੇ ਜੀ ਮੈਂ ਦੌੜ ਦੇ ਵਿੱਚ ਚੜ੍ਹਦੀ ਕਲਾ 'ਚ ਜਾਣਾ ਚਾਹੁੰਦਾ ਮੈਂ ਕੁਝ ਵੱਡਾ ਕਰਨਾ ਚਾਹੁੰਦਾ ਹਾਂ ਕਿ ਹੋਰ ਵੀ ਕੁਝ ਆਪਸ਼ਨਸ ਹੁੰਦੇ ਨੇ ਕਿਉਂਕਿ ਮੈਂ ਰੀਸੈਂਟਲੀ ਦੇਖਿਆ ਕੁਛ ਹੈ ਨਾ ਸਾਡੇ ਕੁਛ ਪ੍ਰੈਜੈਂਟਰ ਆ ਜਿਹੜੇ ਬਾਹਰ ਗਏ ਅਤੇ ਕੁਛ ਡੋਪ ਟੈਸਟ ਦੇ ਵਿੱਚ ਇੱਦਾਂ ਹੋ ਗਿਆ ਜਾਂ ਸਟੀਰੋਇਡਸ ਕੋਈ ਇੱਦਾਂ ਦਾ ਹੁੰਦਾ ਆ ਤਾਂ ਤੁਸੀਂ ਉਹਨਾਂ ਨੂੰ ਕੀ ਗਾਈਡ ਕਰਨਾ ਚਾਹੋਗੇ ਕਿ ਇੱਦਾਂ ਹੁੰਦਾ ਕਿ ਆਪਾਂ ਸਟੀਰੋਇਡ ਲਈਏ ਤੁਹਾਡੇ ਜੀਨਸ ਨਾਲ ਆਪਾਂ ਮੁਕਾਬਲਾ ਕਰ ਸਕੀਏ ਕੁਛ ਨਹੀਂ ਭਾਈ ਜੀਨਸ ਦਾ ਬੈਨੀਫਿਟ ਹੁੰਦਾ ਆ ਆਪਣੇ ਸਪੋਰਟਸ ਦੇ ਵਿੱਚ ਵੀ ਚਲੋ ਆਪਾਂ ਬੈਕਗਰਾਊਂਡ ਤੋਂ ਉੱਥੋਂ ਆ ਰਹੇ ਜਾਂ ਆਪਣੇ ਜੀਨਸ ਤਕੜੇ ਆ ਬਾਕੀ ਇਹ ਨਹੀਂ ਵੀ ਜਿਹਨਾਂ ਦੇ ਜੀਨਸ ਨਹੀਂ ਬੈਕਗਰਾਊਂਡ ਕਿਸੇ ਨੇ ਗੇਮ ਕੀਤੀ ਉਹ ਕਰ ਨਹੀਂ ਸਕਦੇ ਹਾਰਡਵਰਕ ਅਤੇ ਜਿਹੜਾ ਵੀ ਕਰੂ ਉਹਨੇ ਕੁਛ ਨਾ ਕੁਛ ਬਣਨਾ ਹੀ ਆ ਅਤੇ ਵਧੀਆ ਕਰਨਾ ਬਾਕੀ ਮੇਨ ਜਿੱਦਾਂ ਹੁਣ ਮੈਂ ਜਿੱਦਾਂ ਹੁਣ ਭਾਅ ਜੀ ਆਪਾਂ ਸਪੋਰਟਸ ਕਰਦੇ ਹਾਂ ਮਿਨੀਮਮ ਸਾਨੂੰ ਘੱਟੋ ਘੱਟ 10 ਸਾਲ ਤਾਂ ਲੱਗ ਹੀ ਜਾਂਦੇ ਇੱਕ ਵਧੀਆ ਲੈਵਲ 'ਤੇ ਜਾਣ ਨੂੰ ਇੰਟਰਨੈਸ਼ਨਲ ਲੈਵਲ 'ਤੇ ਜਾਣ ਨੂੰ ਜੇ ਆਪਾਂ ਕਹੀਏ ਵੀ ਅੱਜ ਮੈਂ ਸ਼ੁਰੂ ਕੀਤੀ ਆ ਅਤੇ ਮੈਂ ਕੱਲ੍ਹ ਨੂੰ ਇੰਟਰਨੈਸ਼ਨਲ ਬਣ ਜਾਂ ਜਾਂ ਅੱਜ ਮੈਂ ਸ਼ਾਰਟਕੱਟ ਲਾ ਲਓ ਜੀ ਮੈਂ 49 ਪਹਿਲੇ ਸਾਲ ਹੀ ਲਾ ਦਾਂ ਉਹ ਬਹੁਤ ਔਖਾ ਹੈ ਸਾਡੇ ਗੇਮ ਦੇ ਵਿੱਚ ਸਬਰ ਪੇਸ਼ੈਂਸ ਬਹੁਤ ਜ਼ਿਆਦਾ ਭਾਈ ਜ਼ਰੂਰੀ ਹੈ ਕਾਣ ਉਗ ਦੇ ਦੇਖਣਾ ਪੈਂਦਾ ਹਾਂਜੀ ਹਾਂਜੀ ਬਹੁਤ ਟਾਈਮ ਲੱਗਦਾ ਭਾਈ ਵਰਕਆਊਟ 'ਤੇ ਅਤੇ ਬਾਕੀ ਹੁਣ ਜਿਹੜੇ ਨਵੇਂ ਯੰਗਸਟਰ ਮੁੰਡੇ ਹੈਗੇ ਆ ਮੈਂ ਤਾਂ ਉਹਨਾਂ ਨੂੰ ਇਹੀ ਕਹਿੰਦਾ ਵੀ ਪਹਿਲਾਂ ਜੇ ਡਾਇਟ ਵੀ ਹੈ ਤਾਂ ਡਾਇਟ ਦਾ ਵੀ ਪ੍ਰੋਪਰ ਗਾਈਡਨੈਂਸ ਲਓ ਕਿਸੇ ਕੋਲੋਂ ਅਤੇ ਸਟੀਰੋਇਡਸ ਦਾ ਤਾਂ ਬਹੁਤ ਜ਼ਿਆਦਾ ਲੱਗਦਾ ਆ ਜੂਨੀਅਰ ਨੂੰ ਵੀ ਸਟੀਰੋਇਡਸ ਕਰਾਂਗੇ ਅਤੇ ਆਪਾਂ ਛੇਤੀ ਪਰਫੋਰਮ ਵਧੀਆ ਕਰ ਲਾਂਗੇ ਬਟ ਇੱਦਾਂ ਕੁਛ ਨਹੀਂ ਹੈ ਤੁਹਾਡਾ ਹਾਰਡਵਰਕ ਨੇ ਤੁਹਾਨੂੰ ਵਧੀਆ ਕਰਾਉਣਾ ਆ ਅਤੇ ਬਾਕੀ ਜਿਹੜਾ ਸਟੀਰੋਇਡਸ ਆ ਉਹ ਤਾਂ ਸਾਡੇ ਇੰਨੇ ਡੋਪ ਟੈਸਟ ਹੁੰਦੇ ਬਾਅਦ ਵਿੱਚ ਫਿਰ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਜਿਹੜੇ ਯੰਗਸਟਰ ਹੈਗੇ ਉਹਨਾਂ ਨੂੰ ਚਾਹੀਦਾ ਵੀ ਆਪਾਂ ਵਧੀਆ ਡਾਇਟ ਲਈਏ ਕਲੀਨ ਡਾਇਟ ਲਈਏ ਸਪਲੀਮੈਂਟ ਲਈਏ ਅਤੇ ਸ਼ਾਰਟਕੱਟ ਹੈ ਨਹੀਂ ਆ ਵਰਕਆਊਟ ਕਰਨਾ ਪੈਣਾ ਵਧੀਆ ਤਰੀਕੇ ਨਾਲ 2-3 ਸਾਲ ਮਿਨੀਮਮ ਜੇ ਕੁਛ ਤੁਸੀਂ ਕਈ ਵਾਰੀ ਆਉਂਦੇ ਆ ਜੂਨੀਅਰ ਬਹੁਤ ਜਿਹੜੇ ਮੁੰਡੇ ਆਉਂਦੇ ਕਹਿੰਦੇ ਭਾਅ ਜੀ ਇਹ ਸਾਲ ਆਪਾਂ ਸਟੇਟ 'ਚ ਮੈਡਲ ਲੈ ਲਾਂਗੇ ਮਤਲਬ ਇੱਦਾਂ ਕਹਿ ਦਿੰਦੇ ਬੱਚੇ ਵੀ ਆ ਗਏ ਵੀ ਆਪਾਂ ਇਹ ਸਾਲ ਸਟੇਟ ਦੇ ਵਿੱਚ ਜਾਂ ਨੈਸ਼ਨਲ 'ਚ ਪਹਿਲੇ ਸਾਲ ਭਾਅ ਜੀ ਮੈਂ ਮੈਡਲ ਲੈਣਾ ਇੰਨਾ ਸੌਖਾ ਨਹੀਂ ਹੈ ਭਾਈ ਪਹਿਲੇ ਸਾਲ ਕਿਤੇ ਵੀ ਨਹੀਂ ਆਪਾਂ ਸਟੈਂਡ ਕਰ ਸਕਦੇ ਪਹਿਲੇ ਸਾਲ ਤਾਂ ਸਾਨੂੰ ABC ਆਉਣੀ ਹੈ ਅਥਲੈਟਿਕਸ ਦੀ ਵਰਕਆਊਟ ਕਰਾਂਗੇ ਫਿਰ ਹੌਲੀ ਹੌਲੀ ਕਿਉਂਕਿ ਭਾਈ ਵਰਕਆਊਟ ਦੇ ਨਾਲ ਹੀ ਸਾਰਾ ਕੁਛ ਚੱਲਣਾ ਸਬਰ ਮੰਗਦੀ ਹੈ ਸਾਡੀ ਅਥਲੈਟਿਕਸ ਗੇਮ ਹਰੇਕ ਗੇਮ 'ਚ ਭਾਈ ਟਾਈਮ ਤਾਂ ਲੱਗਦਾ ਮੀਨਸ ਮੁੱਕਦੀ ਗੱਲ ਕਿ ਸਟੀਰੋਇਡ PEDs ਪਰਫਾਰਮੈਂਸ ਇਨਹਾਂਸਿੰਗ ਡਰੱਗਸ ਲੈ ਕੇ ਤੁਸੀਂ ਮਿਹਨਤ ਨੂੰ ਓਵਰਕਮ ਨਹੀਂ ਕਰ ਸਕਦੇ ਜੋ ਚੀਜ਼ ਬਣਨੀ ਆ ਉਹ ਬਣਨੀ ਹੈਗੀ ਹੈ ਤਾਂ ਬਿਲਕੁਲ ਅੱਜ ਕੱਲ੍ਹ ਸਾਡਾ ਟਾਈਮ ਜਿਹੜਾ ਸਪੈਨ ਬਹੁਤ ਘੱਟ ਹੋਇਆ ਪਿਆ ਆਪਾਂ ਛੇਤੀ ਛੇਤੀ ਸਭ ਕੁਛ ਚਾਹੁੰਦੇ ਹਾਂ ਤਾਂ ਇਹ ਇਨਫੋਰਮੇਸ਼ਨ ਬਹੁਤ ਜ਼ਰੂਰੀ ਸੀ ਤੁਹਾਡੇ ਵੱਲੋਂ ਤੁਸੀਂ ਕੋਈ ਜ਼ਿਆਦਾ ਦੀ ਇਗਜ਼ਾਮਪਲ ਦੇਖੀ ਹੈ ਕਿ ਜਿਹੜੇ ਬੰਦੇ ਨੇ ਕਿਤੇ ਨਾ ਕਿਤੇ ਇੱਦਾਂ ਦੇਖਿਆ ਹੋਵੇ ਜਾਂ ਆਈ ਡੋਂਟ ਵਾਂਟ ਯੂ ਟੂ ਟੇਕ ਐਨੀ ਨੇਮ ਬਸ ਟੈਲ ਕਿ ਹਾਂ ਵੀ ਲੱਗਾ ਕਿ ਯਾਰ ਉਹਨੇ ਬਹੁਤ ਕਰਦਾ ਪਰ ਬਾਈ ਨੂੰ ਫਿਰ ਬਹੁਤ ਭੁਗਤਣਾ ਪਿਆ ਕਿਤੇ ਨਾ ਕਿਤੇ ਭਾਈ ਜੀ ਸਟੀਲ ਜਦੋਂ ਆਪਾਂ ਮੰਨ ਲਓ ਜੇ ਆਪਾਂ ਇੰਨੇ ਵੱਡੇ ਲੈਵਲ ਉੱਤੇ ਡੋਪ ਟੈਸਟ ਦੇ ਵਿੱਚ ਫੇਲ ਹੁੰਦੇ ਹਾਂ ਮੰਨ ਲਓ ਸਪੋਜ਼ ਕਰੋ ਮੈਂ 10 ਸਾਲ ਲਾਤੇ ਆ ਗੇਮ ਦੇ ਵਿੱਚ ਅਤੇ ਮੈਂ ਡੋਪ ਟੈਸਟ ਦੇ ਵਿੱਚ ਆ ਗਿਆ ਹਾਂ ਬਟ ਇਹ ਦੇਖੋ ਵੀ ਡੋਪ ਟੈਸਟ ਦੇ ਵਿੱਚ ਮੇਰਾ ਪਹਿਲਾਂ ਉਹ ਲੈਵਲ ਹੋ ਗਿਆ ਲੈਵਲ ਹੈਗਾ ਮੇਰਾ ਮੈਂ ਡੋਪ ਟੈਸਟ ਲਈ ਡੋਪ ਟੈਸਟ ਦੇ ਵਿੱਚ ਆਇਆ ਵੀ ਉਹ ਹਾਰਡ ਵਰਕ ਤਾਂ ਪਹਿਲਾਂ ਉਹਨੇ ਵੀ 10 ਸਾਲ ਕੀਤਾ ਹੀ ਆ ਬਿਲਕੁਲ ਪਹਿਲਾਂ 10 ਸਾਲ ਉਹਨੇ ਉੱਥੇ ਲਾਏ ਆ ਉਹਨਾਂ ਦੀ ਚਲੋ ਮੈਨੂੰ ਨਹੀਂ ਲੱਗਦਾ ਕੋਈ ਡੋਪ ਟੈਸਟ ਕਰਦਾ ਬਟ ਸਪਲੀਮੈਂਟ ਦੇ ਵਿੱਚ ਕਈ ਵਾਰੀ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਜਿਹਨੂੰ ਉਹ ਸਾਡੀ ਨੌਲੇਜ ਦੇ ਉੱਤੇ ਹੀ ਫਿਰ ਡਿਪੈਂਡ ਆ ਜਾਂਦੀ ਸਾਨੂੰ ਨਹੀਂ ਨੌਲੇਜ ਹੁੰਦੀ ਸਪਲੀਮੈਂਟ ਦਾ ਕੀ ਹਿਸਾਬ ਆ ਕਈਆਂ ਦੇ ਵਿੱਚ
ਸਟੀਰੋਇਡਸ ਦੀ ਆਏ ਦੀ ਰੇਸ਼ੋ ਆਏ ਦੀ ਆ ਉਹ ਫਿਰ ਆਪਾਂ ਫੜੇ ਜਾਂਦੇ ਨਾਡਾ ਜਾਂ ਵਾਡਾ ਸਾਡੀ ਨਾਡਾ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਹੈ ਅੱਛਾ ਉਹ ਫਿਰ ਮਿਸਗਾਈਡਨੈਸ ਕਰਕੇ ਜਾਂ ਆਪਾਂ ਨਹੀਂ ਉਹ ਚੀਜ਼ ਬਾਰੇ ਪਤਾ ਉੱਥੋਂ ਆਪਾਂ ਫਸ ਜਾਂਦੇ ਸਾਨੂੰ ਮੇਰੇ ਵਰਗੇ ਜਿਮ 'ਚ ਗਏ ਹੋ ਗਿਆ ਚੱਕ ਡੱਬਾ ਚੱਕ ਆ ਗੇਨਰ ਚੱਕ ਲੈ ਆ ਗੋਲੀ ਨਾਲ ਤੇਰੇ ਤੂੰ ਦੌੜਦਾ ਤੇਰੇ ਪੈਕਸ ਕਲੀਅਰ ਹੋਣਗੇ ਤੂੰ ਪੋਸਟਾਂ ਪਾਉਣੀਆਂ ਆ ਬਟ ਕੰਨ ਨੂੰ ਨਹੀਂ ਪਤਾ ਕਿ ਰਾਈਟ ਕੁਆਲਿਟੀ ਆਫ ਪ੍ਰੋਟੀਨ ਰਾਈਟ ਕੁਆਲਿਟੀ ਆਫ ਡਾਇਟ ਹਾਂਜੀ ਹਾਂਜੀ ਬਾਈ ਡਾਇਟ ਤੇ ਨਾਲੇ ਜਿਹੜਾ ਸਪਲੀਮੈਂਟ ਵੀ ਆ ਉਹਨੂੰ ਉਹਦੇ ਬਾਰੇ ਸਾਨੂੰ ਨੌਲੇਜ ਹੋਣੀ ਚਾਹੀਦੀ ਐਵੇਂ ਨਹੀਂ ਕਿ ਉਦੋਂ ਹੀ ਚੱਕ ਲੈਣਾ ਕੋਈ ਨਹੀਂ ਇੱਦਾਂ ਨਹੀਂ ਵੀ ਜੇ ਹੁਣ ਗਏ ਆ ਤੇ ਮੈਨੂੰ ਭਾਜੀ ਨੇ ਕਹਿਤਾ ਜਾਂ ਮੈਨੂੰ ਉਹਨਾਂ ਨੇ ਕਹਿਤਾ ਮੈਂ ਖਾ ਲਿਆ ਤੁਸੀਂ ਇੱਦਾਂ ਜਿੱਦਾਂ ਮੈਂ ਐਗਜ਼ਾਮਪਲ ਤੁਹਾਡੇ ਕੋਲ ਬੈਠਾ ਮੈਂ ਕਿਹਾ ਭਾਈ ਆ ਲਓ ਚੱਕੋ ਪ੍ਰੋਟੀਨ ਨਾ ਨਾ ਭਾਈ ਬਿਲਕੁਲ ਨਹੀਂ ਈਵਨ ਵਰਕਆਊਟ ਕਰਨਾ ਭਾਈ ਪਾਣੀ ਵੀ ਲਾਗੇ ਦੇਖ ਕੇ ਰੱਖਿਆ ਹੁੰਦਾ ਵੀ ਕਿਤੇ ਕੋਈ ਵਿੱਚ ਹੋਰ ਹੀ ਨਾ ਕੁਛ ਪਾ ਦੇ ਕਿਉਂਕਿ ਜੇ ਤੁਸੀਂ ਇੰਨੀ ਮਿਹਨਤ ਕਰਕੇ ਨਾਮ ਬਣਾਇਆ ਤੇ ਉਹਨੂੰ ਜ਼ੀਰੋ ਕਰਨ ਨੂੰ ਵੀ ਮੈਂਟੀ ਲੱਗਦਾ ਤੁਹਾਡੀ ਫੈਮਿਲੀ ਦਾ ਨਾਮ ਤੁਹਾਡੀ 10 ਸਾਲ ਦੀ ਮਿਹਨਤ ਸਾਰਿਆਂ ਨੇ ਭੁੱਲ ਜਾਣੀ ਹੈ ਬਸ ਤੁਹਾਡਾ ਉਹ ਯਾਦ ਰਹਿਣਾ ਕਿ ਡੋਪ ਟੈਸਟ ਦੇ ਵਿੱਚ ਇੱਦਾਂ ਹੋ ਗਿਆ ਬਿਲਕੁਲ ਭਾਈ ਬਿਲਕੁਲ ਸੋ ਇਹਨੂੰ ਤਾਂ ਦੂਰੋਂ ਅਵੋਇਡ ਹੀ ਕਰਨਾ ਜੇ ਤੁਸੀਂ ਇੰਡੀਆ ਨਾਲੇ ਭਾਈ ਇੰਡੀਆ ਦਾ ਕਿਤੇ ਨਾ ਕਿਤੇ ਤੁਸੀਂ ਆਪਣੇ ਦੇਸ਼ ਦਾ ਨਾਮ ਵੀ ਖਰਾਬ ਹੁੰਦਾ ਕਿ ਐਕਸ ਵਾਈ ਜ਼ੈਡ ਇਸ ਕੰਟਰੀ ਦੇ ਵਿੱਚੋਂ ਡੋਪ ਟੈਸਟ ਦੇ ਵਿੱਚ ਇੱਦਾਂ ਜੂਨੀਅਰ ਨੂੰ ਭਾਈ ਇਹੀ ਆ ਵੀ ਸ਼ਾਰਟਕੱਟ ਕੁਛ ਨਹੀਂ ਨਾ ਸ਼ਾਰਟਕੱਟ ਵੱਲ ਧਿਆਨ ਰੱਖੋ ਵਰਕਆਊਟ ਕਰੋ ਮਿਹਨਤ ਕਰੋ ਡਾਇਟ ਆਪਣੀ ਧਿਆਨ ਰੱਖੋ ਮਤਲਬ 2-3 ਸਾਲ ਤੋਂ ਹੀ ਮਿਹਨਤ ਕਰੋ ਆਪੇ ਤੁਹਾਨੂੰ ਪ੍ਰੋਗਰੈਸ ਪਤਾ ਲੱਗ ਜਾਣੀ ਹੈ ਫਿਰ ਉਹਨਾਂ ਨੂੰ ਸਿਸਟਮ ਸਹੀ ਹੋ ਜਾਂਦਾ ਰੱਖਿਆ ਦੇ ਰੱਖਿਆ ਚੜ੍ਹਦੀ ਕਲਾ ਲੈ ਆਉਂਦਾ ਫਿਰ ਵਾਹਿਗੁਰੂ ਸੱਚਾ ਮਾਸ਼ਾ ਚਲੋ ਮਜ਼ਾ ਆ ਗਿਆ ਭਾਜੀ ਸੋ ਥੈਂਕ ਯੂ ਵੈਰੀ ਮੱਚ ਥੈਂਕ ਯੂ ਭਾਜੀ ਐਂਡ ਫੋਰ ਦਿਸ ਆਲ ਇਨਫੋਰਮੇਸ਼ਨ ਉਮੀਦ ਕਰਦੇ ਹਾਂ ਇਹ ਸਾਰੀ ਇਨਫੋਰਮੇਸ਼ਨ ਲੈ ਕੇ ਇੰਡੀਆ ਦੇ ਵਿੱਚ ਹਰ ਇੱਕ ਯੰਗਸਟਰ ਜੇ ਤੁਸੀਂ ਬੋਏ ਹੋ ਜਾਂ ਮੈਨ ਹੋ ਜੇ ਤੁਸੀਂ ਮੇਲ ਹੋ ਤਾਂ ਤੁਹਾਨੂੰ ਦਵਿੰਦਰ ਭਾਈ ਤੋਂ ਇੰਸਪਾਇਰ ਹੋਣਾ ਚਾਹੀਦਾ ਹੈ ਤਾਂ ਜੇ ਤੁਸੀਂ ਵੂਮਨ ਹੋ ਤਾਂ ਤੁਹਾਨੂੰ ਮਨਜੀਤ ਦੀਦੀ ਤੋਂ ਇੰਸਪਾਇਰ ਹੋਣਾ ਚਾਹੀਦਾ ਹੈ ਐਟ ਦ ਐਂਡ ਆਫ ਦ ਡੇ ਇਹ ਗੇਮ ਪੇਸ਼ੈਂਸ ਦੀ ਹੈ ਇਹ ਗੇਮ ਕੰਸਿਸਟੈਂਸੀ ਦੀ ਹੈ ਇਹ ਗੇਮ ਹੈਗੀ ਹੈ ਡਿਸਿਪਲਿਨ ਦੀ ਭਾਈ ਤੋਂ ਇੱਕ ਚੀਜ਼ ਪਤਾ ਲੱਗ ਗਈ ਕਿ ਪਾਣੀ ਵੀ ਕਿਸੇ ਤੋਂ ਹੱਥੀ ਨਹੀਂ ਪੀਣਾ ਆਪਣੇ ਆਪ ਹੀ ਸਭ ਕੁਛ ਕਰਨਾ ਪੈਣਾ ਹੈ ਅਤੇ ਜੇ ਤੁਸੀਂ ਬਾਹਰੋਂ ਜਾਂਦੇ ਹੋ ਤਾਂ ਮਸਲ ਔਲਿਕਸ ਹੈਗਾ ਫਿਰ ਕਿਉਂਕਿ ਉੱਥੇ ਭਾਈ ਨੂੰ ਪਤਾ ਕਿ ਤੁਹਾਨੂੰ ਸਾਰਾ ਕੁਛ ਮਿਲ ਜਾਣਾ ਓਕੇ ਦਿਸ ਇਜ਼ ਦ ਥਿੰਗ ਆਹ ਚੀਜ਼ ਆਉਂਦੀ ਹੈ ਕਿ ਫੇਥ ਕੀ ਚੀਜ਼ ਆ ਸੋ ਥੈਂਕ ਯੂ ਵੈਰੀ ਮੱਚ ਭਾਈ ਦਿਸ ਇਨਫੋਰਮੇਸ਼ਨ ਵਾਸ ਵੈਰੀ ਵੈਲੂਏਬਲ ਫੋਰ ਐਵਰੀਵਨ ਤਾਂ ਆਪਾਂ ਕੋਸ਼ਿਸ਼ ਕਰਾਂਗੇ ਮੈਂ ਇਹ ਗੱਲ ਕਹਾਂਗਾ ਕਿ ਜਦੋਂ ਤੁਸੀਂ ਆਪਣਾ ਪਰਸਨਲ ਬੈਸਟ ਦਿੰਦੇ ਹੋ ਜਾਂ ਕੁਛ ਵੀ ਹੋਰ ਕਰਦੇ ਹੋ ਆਪਾਂ ਫਿਰ ਇੱਕ ਪੋਡਕਾਸਟ ਰਿਕਾਰਡ ਕਰਾਂਗੇ ਹੋਰ ਡੈਪਥ 'ਚ ਗੱਲਬਾਤ ਕਰਾਂਗੇ ਉਦੋਂ ਤੱਕ ਤੁਹਾਡੀ ਹੋਰ ਜਿਹੜੀ ਵਾਈਬ ਆ ਹੋਰ ਜ਼ਿਆਦਾ ਮੈਚ ਹੋਏਗੀ ਐਂਡ ਸੀਰੀਅਸਲੀ ਮਜ਼ਾ ਆ ਗਿਆ ਭਾਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਭਾਜੀ ਕਿ ਆਪਾਂ ਬੈਠੇ ਹਾਂ ਗੱਲਬਾਤ ਕਰ ਰਹੇ ਕਿਵੇਂ ਦਾ ਲੱਗਾ ਭਾਈ ਤੁਹਾਨੂੰ ਬਹੁਤ ਵਧੀਆ ਭਾਜੀ ਵਧੀਆ ਮੈਨੂੰ ਲੱਗਾ ਤੁਸੀਂ ਮੀਨਸ ਆਹ ਸਰੋਤਿਆਂ ਨੇ ਤਾਂ ਆਹ ਚਿਹਰਾ ਭਾਈ ਤਾਂ ਦੇਖਿਆ ਨਹੀਂ ਹੈ ਭਾਈ ਤਾਂ ਬਸ ਦੌੜਦੇ ਆ ਜਰਕਾ ਲਾਉਂਦੇ ਦੇਖੇ ਆ ਮੈਂ ਘੱਟ ਇੰਟਰਵਿਊਜ਼ ਵਗੈਰਾ ਜਾਂ ਇੱਦਾਂ ਘੱਟ ਪਰ ਫੋਕਸ ਹਾਂਜੀ ਬਾਕੀ ਵਧੀਆ ਲੱਗਾ ਭਾਜੀ ਕਿਉਂਕਿ ਜੋ ਆਪਾਂ ਅਚੀਵ ਕੀਤਾ ਜਾਂ ਜੋ ਆਪਾਂ ਹਰਡਲਸ ਕ੍ਰੋਸ ਕੀਤੀਆਂ ਜਾਂ ਡਾਊਨ ਫੇਸ ਫਾਲ ਦੇਖਿਆ ਤਾਂ ਉਹ ਦੱਸਣਾ ਵੀ ਚਾਹੀਦਾ ਕਿਸੇ ਨੂੰ ਕੁਛ ਨਾ ਕੁਛ ਸਿੱਖੂਗਾ ਜੂਨੀਅਰ ਜੀ ਭਾਜੀ ਅਤੇ ਬਾਕੀ ਸਿੱਖਣ 'ਤੇ ਰਹਿਣਾ ਹੀ ਚਾਹੀਦਾ ਜੀ ਭਾਜੀ ਕਈ ਜੂਨੀਅਰ ਤੋਂ ਵੀ ਆਪਾਂ ਸਿੱਖ ਲੈਂਦੇ ਹਾਂ ਸੀਨੀਅਰ ਤੋਂ ਵੀ ਸਿੱਖ ਲੈਂਦੇ ਚੱਲੀ ਜਾਂਦਾ ਜੀ ਗੱਲ ਸਿੱਖਣ ਠੀਕ ਹੈ ਭਾਜੀ ਸੋ ਦਿਸ ਵਾਸ ਮਸਲ ਔਲਿਕਸ ਪ੍ਰੈਜ਼ੈਂਟ ਡਾਇਟ ਆਫ ਚੈਂਪੀਅਨ ਫਾਰ ਯੂ ਤਾਂ ਚੰਗਾ ਲੱਗਾ ਤਾਂ ਚੈਨਲ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਡਨ ਇੱਕ